Shina Gila Vera Andi Na Giovanni No Hard work for the fast arava Asan Militan Ash Karada Ajakal Teri Andi Gayada Akha Kulina Jaga Marata Lambe Tinik Vesal Kazara Tere Bagam Sada Hala Burava Kush Asi Gila Ge Apas Jitho Ay Ote Jana Ve Vapas Itke Ve Zindagi Per Gila Tute Nach Te Oda Tu Badshah Puri Dunia Tere Hath Vech Gila 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 FM Ambur Radio Tara Ambura te koi koi e Tara Ambura te koi koi e Ambur Radio bade maan naal pesh karde ne annual event Punjab di o surili awaaz Punjab da o surila gayak live in concert world classical sufi singer Sabar Koti Ik Shaam Manoranjan de naam an evening full of entertainment with other local artists Dev Dillon Jin and Sheetal Sazi Judge Premi Johal Toll Regiment ate hor vi bahut kuch Ambur Radio पेश कर देने फैमिली इवेंट अगस्त 2012 नो वेन्यू टॉवर वॉलरूम रेजवर रोड बर्मिंगम टिकटा अति होर जानकारी दिले फोन करो अंबर रेडियो ते 01922621016 अते 01922722815 ते मौसम वांगू बदल गए जी असी रुखा वांगू खड़े रहे उठ गए गवांडों यार उठ गए गवांडों यार रब्बा हुण की करिए उठ गए गवांडों यार रब्बा हुण की करिए उठ गए ਗਵਾਂਡੋਂ ਯਾਰ ਰੱਬਾ ਹੁਣ ਕੀ ਕਰੀਏ ਉੱਠ ਗਏ ਹੁਣ ਰਹਿੰਦੇ ਨਾ ਉੱਠ ਗਏ ਹੁਣ ਰਹਿੰਦੇ ਨਹੀਂ ਹੋਇਆ ਸਾਥ ਤੇਰਾ ਰੱਬਾ ਹੁਣ ਕੀ ਕਰੀਏ ਉੱਠ ਗਏ ਗਵਾਂਡੋਂ ਯਾਰ ਰੱਬਾ ਹੁਣ ਕੀ ਕਰੀਏ ਹਾਏ ਰੱਬਾ ਹੁਣ ਰੱਬਾ ਹੁਣ ਕੀ ਕਰੀਏ ਵੈਰੀ ਨਾਈਸ ਦੋਸਤੋ ਜੀ ਤੁਸੀਂ ਸੁਣ ਰਹੇ ਅੰਬਰ ਰੇਡੀਓ ਸਾਡੇ ਨਾਲ ਸਟੂਡੀਓ ਵਿੱਚ ਹੁਣ ਸਾਬਰ ਕੋਟੀ ਜੀ ਮੌਜੂਦ ਹਨ ਉਹਨਾਂ ਨੂੰ ਆਪਾਂ ਹੁਣ ਵੈਲਕਮ ਕਹਿੰਦੇ ਹਾਂ ਸਾਬਰ ਕੋਟੀ ਜੀ ਵੈਲਕਮ ਟੂ ਅੰਬਰ ਰੇਡੀਓ ਜੀ ਥੈਂਕ ਯੂ ਵੈਰੀ ਮੱਚ ਥੈਂਕ ਯੂ ਜੀ ਬਹੁਤ ਸ਼ੁਕਰਗੁਜ਼ਾਰ ਹਾਂ ਮੈਂ ਅੰਬਰ ਰੇਡੀਓ ਦਾ ਔਰ ਕੂਲ ਸਾਹਿਬ ਤੁਹਾਡਾ ਔਰ ਜਿੰਨੇ ਵੀ ਲਿਸਨਰ ਇਸ ਟਾਈਮ ਰੇਡੀਓ ਅੰਬਰ ਸੁਣ ਰਹੇ ਨੇ ਸਭ ਨੂੰ ਮੇਰੇ ਵੱਲੋਂ ਆਦਾਬ
ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਹਾਨੂੰ ਵੀ ਜੀ, ਸਾਰੀ ਮੈਨੇਜਮੈਂਟ ਸਾਡੀ ਪ੍ਰਿਯਾ ਜੀ, ਹੋਰ ਵੀ ਜਿੰਨੇ ਸਾਡੇ ਸਾਥੀ ਪ੍ਰੈਜ਼ੈਂਟਰ, ਸਾਰੀ ਅੰਬਰ ਰੇਡੀਓ ਦੀ ਟੀਮ ਵੱਲੋਂ ਇੱਕ ਵਾਰੀ ਫੇਰ ਵੈਲਕਮ ਟੂ ਅੰਬਰ ਰੇਡੀਓ। ਥੈਂਕ ਯੂ ਵੈਰੀ ਮਚ। ਹੋਰ ਸੁਣਾਓ, ਕਿੱਦਾਂ ਤੁਹਾਡੀ ਛੁੱਟੀਆਂ ਕਿੱਦਾਂ ਜਾ ਰਹੀਆਂ? ਬਹੁਤ ਵਧੀਆ। ਇੰਗਲੈਂਡ ਕਿੱਦਾਂ ਲੱਗ ਰਿਹਾ? ਬਹੁਤ ਅੱਛਾ। ਅੱਛਾ ਜੀ, ਬਹੁਤ ਵਧੀਆ। ਕੋਟੀ ਜੀ, ਹੋਰ ਦੱਸੋ ਭਈ, ਜੇ ਤੁਸੀਂ ਸਾਡੇ ਜਿਹੜਾ ਅੰਬਰ ਰੇਡੀਓ ਦੀ ਸਪੈਸ਼ਲ ਇਵੈਂਟ ਜਿਹੜੀ ਹੋ ਰਹੀ ਆ 25 ਅਗਸਤ ਨੂੰ ਟਾਪ ਬੋਲਰੂਮ 'ਚ, ਉਹ ਤੁਸੀਂ ਉੱਥੇ ਸਟਾਰ ਪਰਫੋਰਮਰ, ਸਾਡਾ ਟਾਪ ਆਰਟਿਸਟ ਤੁਸੀਂ ਹਾਂ ਜੀ ਮੇਨ ਸਟੇਜ ਤੇ। ਮਿਹਰਬਾਨੀ ਜੀ। ਤਾਂ ਤੁਸੀਂ ਕਿੱਦਾਂ ਪ੍ਰੈਪਰੇਸ਼ਨ ਕਰ ਰਹੇ ਹਾਂ, ਕਿੱਦਾਂ ਤਿਆਰੀ ਕਰ ਰਹੇ ਹਾਂ, ਕੀ ਕੁਛ? ਬਸ ਇਹ ਸਭ ਸੁਣਨ ਵਾਲਿਆਂ ਦੀ ਮੁਹੱਬਤ ਹੈ ਜੀ, ਔਰ ਗਾਣਾ ਵਜਾਉਣਾ। ਤੇ ਵੈਸੇ ਹੀ ਬਜ਼ੁਰਗ ਕਹਿੰਦੇ ਨੇ ਕਿ ਇਹਦਾ ਨਾਂ ਆ ਕਿ ਗਾ ਨਾ ਜੀ, ਤੇ ਇਹ ਜਿਹੜੀ ਸੁਣਨ ਵਾਲਿਆਂ ਦੀ ਜਿਹੜੀ ਮੁਹੱਬਤ ਹੈ ਉਹ ਗਵਾ ਲੈਂਦੀ ਹੈ, ਮਾਲਕ ਦਾ ਜਿਹੜਾ ਕਰਮ ਹੈ ਉਹ ਗਵਾ ਲੈਂਦਾ। ਅਦਰਵਾਈਜ਼ ਇਹ ਕਿਸੇ ਦੇ ਵੱਸ ਦੀ ਗੱਲ ਨਹੀਂ, ਕੋਈ ਗਾਵੇ ਜਾਂ ਜੇ ਇਹ ਗਵਾਵੇ ਤਾਂ ਕੋਈ ਗਾ ਸਕਦਾ ਜਾਂ ਲਿਖ ਸਕਦਾ, ਅਦਰਵਾਈਜ਼ ਆਪਣੇ ਆਪ 'ਚ ਬਹੁਤ ਮੁਸ਼ਕਲ ਕੰਮ ਹੈ। ਸੋ ਜਿਹੜੇ ਸੁਣਨ ਵਾਲੇ ਨੇ ਉਹਨਾਂ ਦੀ ਮੁਹੱਬਤ ਹੈ, ਜਿਵੇਂ ਜਿਸ ਤਰ੍ਹਾਂ ਦੀ ਉਹਨਾਂ ਦੀ ਮੁਹੱਬਤ ਆਏਗੀ, ਅਤੇ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਉਸ ਤੋਂ ਵੱਧ ਉਹਨਾਂ ਦੀ ਮੁਹੱਬਤ ਦਾ ਜਿਹੜਾ ਮੁੱਲ ਹੈ ਉਹ ਆਪਣੀ ਸ਼ਾਇਰੀ ਦੇ ਜ਼ਰੀਏ, ਗਾਣੇ ਵਜਾਉਣੇ ਦੇ ਜ਼ਰੀਏ ਮੋੜਿਆ ਜਾਵੇ। ਨਾ ਤੁਸੀਂ ਸਿਰਫ ਜਿਹੜਾ ਤੁਸੀਂ ਪੰਜਾਬੀ ਸੂਫੀ ਕਲਾਸੀਕਲ ਜੀ, ਤਾਂ ਹੋਰ ਸ਼ੇਰੋ ਸ਼ਾਇਰੀ ਦੇ ਬਹੁਤ ਤੁਸੀਂ ਮਹਾਨ। ਕੋਸ਼ਿਸ਼ ਕਰਾਂਗੇ ਕਿ ਕਿਉਂਕਿ ਸੁਣਨ ਵਾਲਿਆਂ ਦੀ ਜਿਹੜੀਆਂ ਕੈਟਾਗਰੀਜ਼ ਹੁੰਦੀਆਂ ਨੇ ਉਹ ਅਲੱਗ ਅਲੱਗ ਹੁੰਦੀਆਂ ਨੇ। ਕਈਆਂ ਨੂੰ ਪਸੰਦ ਹੁੰਦੇ ਨੇ ਚੁਲਬਲੇ ਗਾਣੇ, ਚਟਪਟੇ ਗਾਣੇ, ਹੈ ਨਾ ਜੀ, ਅਤੇ ਕਈ ਜਿਹੜੇ ਲੋਕ ਨੇ ਉਹ ਭਰਪੂਰ ਸ਼ਾਇਰੀ ਹੋਵੇ ਜਿਹਦੇ 'ਚ ਮੀਨਿੰਗਫੁੱਲ ਗਾਣਾ ਹੋਵੇ, ਉਹ ਉਹਨੂੰ ਪਸੰਦ ਕਰਦੇ ਨੇ। ਔਰ ਸਾਡੀ ਕੋਸ਼ਿਸ਼ ਹੋਏਗੀ ਕਿ ਹਰ ਤਰ੍ਹਾਂ ਦਾ ਜੋ ਵੀ ਐਨਰਜੀ ਜਿੱਦਾਂ ਦੀ ਵੀ ਕਿਸੇ ਲਿਸਨਰ ਨੂੰ ਕਿਸੇ ਦਰਸ਼ਕ ਨੂੰ ਚਾਹੀਦੀ ਹੈ ਉਹ ਦੇਈਏ ਜੀ। ਜੀ, ਤਾਂ ਅੱਛਾ, ਪਹਿਲਾਂ ਸਭ ਤੋਂ ਤੁਸੀਂ ਥੋੜ੍ਹੇ ਆਪਣਾ ਸਾਬਰ ਜੀ ਥੋੜ੍ਹਾ ਜਿਹਾ ਬੈਕਗਰਾਊਂਡ ਦੱਸੋ ਆਪਣੀ। ਪਹਿਲਾਂ ਪੰਜਾਬ ਤੋਂ, ਤੁਹਾਡਾ ਜਨਮ ਕਿਹੜੀ ਜਗ੍ਹਾ ਹੋਇਆ, ਕਿਹੜੇ ਪਿੰਡ 'ਚ? ਪੰਜਾਬ ਤੋਂ ਡਿਸਟ੍ਰਿਕਟ ਕਪੂਰਥਲਾ ਸਾਡਾ ਜੀ। ਅੱਛਾ ਜੀ। ਡਿਸਟ੍ਰਿਕਟ ਕਪੂਰਥਲਾ ਦੇ ਵਿੱਚ ਪਿੰਡ ਹੈ ਕੋਟ ਕਰਾਰ ਖਾਂ। ਕੋਟ ਕਰਾਰ ਖਾਂ, ਹਾਂਜੀ ਹਾਂ। ਅਤੇ ਉੱਥੇ ਮੈਂ ਪੈਦਾ ਹੋਇਆ, ਪ੍ਰਾਇਮਰੀ ਦੀ ਪੜ੍ਹਾਈ ਕੀਤੀ, ਫਿਰ ਉਸ ਤੋਂ ਬਾਅਦ ਅੱਗੇ ਕਿਉਂਕਿ ਗਾਣੇ ਵਜਾਉਣੇ ਦਾ ਸਿਲਸਿਲਾ ਜਿਹੜਾ ਸੀਗਾ ਉਹ ਸਾਡੇ ਬਜ਼ੁਰਗਾਂ ਤੋਂ। ਅੱਛਾ, ਤੁਹਾਡੀ ਫੈਮਿਲੀ 'ਚ? ਫੈਮਿਲੀ 'ਚੋਂ। ਕਈ ਵਾਰੀ ਕਈ ਲੋਕ ਤਾਂ ਐਵੇਂ ਹੀ ਕਹਿ ਦਿੰਦੇ ਨੇ ਕਿ ਮੈਨੂੰ ਗਾਣਾ ਵਜਾਉਣਾ ਜੀ, ਮੈਨੂੰ ਬਚਪਨ ਤੋਂ ਸ਼ੌਕ ਸੀਗਾ ਜੀ, ਅਤੇ ਮੈਂ ਇਹ ਨਹੀਂ ਕਹਿੰਦਾ ਮੈਨੂੰ ਸ਼ੌਕ ਸੀ, ਕਿਉਂਕਿ ਸਾਡੇ ਬਾਪ ਦਾਦੇ ਤੋਂ ਗਾਣਾ ਵਜਾਉਣੇ ਦੀ ਜਿਹੜੀ ਚੱਲੀ ਆ ਰਹੀ ਆ, ਰੀਤ ਚੱਲੀ ਆ ਰਹੀ ਸੀ। ਔਰ ਮੈਂ ਜਦੋਂ ਸਾਹ ਲਿਆ ਦੁਨੀਆ 'ਚ, ਪਹਿਲਾ ਸਾਹ ਲਿਆ, ਅਤੇ ਉਹ ਮਿਊਜ਼ਿਕ ਦੀਆਂ ਫਜ਼ਾਵਾਂ 'ਚ ਲਿਆ ਜੀ, ਜਾਣੀ ਤੁਹਾਡੇ ਜਾਣੀ ਬਿਲਕੁਲ ਬਲੱਡ 'ਚ ਰਨ ਕਰ ਰਿਹਾ। ਹਾਂਜੀ ਹਾਂ। ਸੋ ਇਸ ਕਰਕੇ ਜਿਹੜੀ ਜਿਹੜਾ ਇਹ ਗਾਣਾ ਵਜਾਉਣਾ ਇਹ ਸਾਡੀ ਵਿਰਾਸਤ ਸੀ, ਸਾਨੂੰ ਵਿਰਸੇ 'ਚੋਂ ਇਹ ਸਾਰਾ ਕੁਝ ਜੀ। ਜੀ, ਤਾਂ ਤੁਸੀਂ ਛੋਟੇ ਹੁੰਦੇ ਵੈਸੇ ਤੁਹਾਨੂੰ ਮਿਊਜ਼ੀਕਲ ਟੀਚਿੰਗ, ਜਾਣੀ ਤੁਹਾਡੇ ਫਾਦਰ ਜੀ ਨੇ ਤੁਹਾਨੂੰ? ਮੇਰੀ ਸ਼ੁਰੂਆਤ ਹੋਈ ਸਾਡੇ ਬਾਪੂ ਜੀ, ਕਿਉਂਕਿ ਉਹਨਾਂ ਦਾ ਬੈਂਡ ਦਾ ਕਾਰੋਬਾਰ ਸੀਗਾ, ਵਿਆਹਾਂ ਸ਼ਾਦੀਆਂ ਜੋ ਬੈਂਡ ਵਜਾਉਂਦੇ ਸੀ, ਅਤੇ ਬੈਂਡ ਵਾਲੇ ਲੋਕ ਸੁਰੀਲੇ ਬਹੁਤ ਹੁੰਦੇ ਆ, ਅਤੇ ਬਾਪੂ ਜੀ ਦਾ ਕਾਫੀ ਸ਼ੌਕ ਸੀਗਾ ਗਾਣੇ ਵਜਾਉਣੇ 'ਚ ਵੀ, ਪਰ ਉਹ ਮੀਡੀਆ ਉਦੋਂ ਨਹੀਂ ਸੀ ਇੰਨਾ ਜੀ, ਇਸ ਕਰਕੇ ਉਹ ਲੋਕਾਂ ਦੇ ਸਾਹਮਣੇ ਨਹੀਂ ਆਏ ਜ਼ਿਆਦਾ। ਫਿਰ ਉਹਨਾਂ ਤੋਂ ਬਾਅਦ ਮੇਰੇ ਤੋਂ ਵੱਡੇ ਭਾਈ ਸਵਰਗੀ ਮਾਸਟਰ ਹਰਬੰਸ ਲਾਲ ਜੀ, ਜੀ ਜੀ, ਉਹ ਬੜੇ ਅੱਛੇ ਤਬਲਾ ਨਿਵਾਜ਼ ਸੀਗੇ, ਔਰ ਉਹਨਾਂ ਦਾ ਸ਼ੌਕ ਸੀਗਾ ਕਿ ਮੈਂ ਗਵੱਈਆ ਬਣਾ। ਵੈਸੇ ਮੈਂ ਵੀ ਸ਼ੁਰੂਆਤ 'ਚ ਬੈਂਡ ਵਜਾਉਣ ਚਲੇ ਜਾਂਦਾ ਹੁੰਦਾ ਸੀ ਉਹਨਾਂ ਦੇ ਨਾਲ, ਪਰ ਉਹਨੇ ਫਿਰ ਮੈਨੂੰ ਸਟ੍ਰਿਕਟਲੀ ਮਨਾ ਕਰ ਦਿੱਤਾ ਕਿ ਮੈਂ ਤੈਨੂੰ ਗਵੱਈਆ ਦੇਖਣਾ, ਵੀ ਤੂੰ ਬੈਂਡ ਵਾਲੇ ਪਾਸੇ ਨਾ ਜਾ। ਔਰ ਬਾਕੀ ਸਾਰੇ ਵੱਡੇ ਭਰਾ ਬੈਂਡ ਦਾ ਹੀ ਕੰਮ ਕਰਦੇ ਸੀ, ਫਿਰ ਉਹਨਾਂ ਨੇ ਮੈਨੂੰ ਹਾਰਮੋਨੀਅਮ, ਆਪਣਾ ਤਬਲਾ ਕਿਸੇ ਨੂੰ ਦੇ ਕੇ ਅਤੇ ਹਾਰਮੋਨੀਅਮ ਲੈ ਕੇ ਦਿੱਤਾ, ਛੋਟਾ ਜਿਹਾ ਹਾਰਮੋਨੀਅਮ ਹੈ, ਉਹਦੇ 'ਤੇ ਆਪਣੇ ਆਪ ਹੱਥ ਮਾਰਦਾ ਰਹਿੰਦਾ ਹੁੰਦਾ ਸੀ, ਔਰ ਹੌਲੀ 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 ਕੋਸ਼ਿਸ਼ ਕਰਦੇ ਰਹਿਣਾ। ਫਿਰ ਉਹਨੀ ਦਿਨੀ ਬਾਬਾ ਭਾਅ ਜੀ ਜਾਂਦੇ ਹੁੰਦੇ ਸੀ, ਕਵਾਲ ਪਾਰਟੀ ਹੁੰਦੀ ਸੀ ਬਾਪੂ ਬਖਸ਼ੀ ਰਾਮ ਜੀ, ਬੜੀ ਫੇਮਸ, ਕਰਤਾਰਪੁਰ ਦੇ ਨੇੜੇ ਇੱਕ ਪਿੰਡ ਪੈਂਦਾ ਸੁਭਾਨਪੁਰ, ਅੰਮ੍ਰਿਤਸਰ ਨੂੰ ਜਾਈਏ ਜਦੋਂ ਜਲੰਧਰ ਤੋਂ, ਅਤੇ ਉੱਥੇ ਉਹ ਰਹਿੰਦੇ ਹੁੰਦੇ ਸੀ ਬਾਪੂ ਜੀ। ਫਿਰ ਉਹਨਾਂ ਨੇ ਜਦੋਂ ਮੈਨੂੰ ਸੁਣਿਆ ਅਤੇ ਉਹ ਕਹਿੰਦੇ ਹਰਬੰਸ ਇਹ ਮੁੰਡਾ ਮੈਨੂੰ ਦੇ ਦੇ। ਫਿਰ ਬਾਪੂ ਜੀ ਨੇ ਮੇਰਾ ਪਹਿਲੀ ਵਾਰੀ ਹਾਰਮੋਨੀਅਮ 'ਤੇ ਹੱਥ ਰਖਵਾਇਆ, ਮੇਰੇ ਮੁੱਢਲੇ ਗੁਰੂ ਉਹ ਹੋਏ ਨੇ। ਉਹਨਾਂ ਤੋਂ ਬਾਅਦ ਮੈਂ ਨਿਰਧਨ ਕਰਤਾਰਪੁਰੀ ਸਾਹਿਬ, ਪੰਜਾਬੀ ਦੇ ਬਹੁਤ ਵੱਡੇ ਸ਼ਾਇਰ, ਉਹਨਾਂ ਕੋਲ 4-5 ਸਾਲ ਬਕਾਇਦਾ ਸ਼ਾਇਰੀ ਸਿੱਖੀ ਮੈਂ। ਬਕਾਇਦਾ ਮੈਂ ਉਹਨਾਂ ਕੋਲੋਂ ਸ਼ਾਇਰੀ ਦੀ ਤਲੀਮ ਲਈ, ਉਚਾਰਨ, ਤਲਫਜ਼ ਕੀ ਆ, ਜਿਹੜੀ ਪ੍ਰੈਜੈਂਟੇਸ਼ਨ ਹੈ ਲਫਜ਼ਾਂ ਦੀ ਉਹਨੂੰ ਕਿਵੇਂ ਕਰਨਾ, ਉਹ ਸਾਰੀਆਂ ਚੀਜ਼ਾਂ ਉਹਨਾਂ ਤੋਂ ਮੈਂ 4-5 ਸਾਲ ਉਹਨਾਂ ਦੀ ਖਿਦਮਤ ਕੀਤੀ, ਉਹਨਾਂ ਕੋਲੋਂ ਸਿੱਖੀ ਸ਼ਾਇਰੀ। ਫਿਰ ਉਹਨਾਂ ਤੋਂ ਬਾਅਦ ਉਸਤਾਦ ਪੂਰਨ ਸ਼ਾਹ ਕੋਟੀ ਸਾਹਿਬ ਕੋਲ ਗਿਆ ਮੈਂ, ਅਤੇ ਬਸ ਉਹਨਾਂ ਦਾ ਗਾਣਾ ਸੁਣ ਸੁਣ ਕੇ ਅੱਜ ਤੱਕ ਗਾਇਆ। ਤੁਹਾਡੀ ਫੈਮਿਲੀ 'ਚ ਪਹਿਲਾਂ ਇੱਦਾਂ ਦਾ ਮਿਊਜ਼ਿਕ ਗਾਉਂਦੇ ਸੀਗੇ ਜਿੱਦਾਂ ਤੁਸੀਂ ਗਾ ਰਹੇ ਹਾਂ ਜੀ? ਕਿਉਂਕਿ ਸਾਡੀ ਜਿਹੜੇ ਸਾਡੇ ਬਜ਼ੁਰਗ ਸੀਗੇ ਉਹਨਾਂ ਦੀ ਫਕੀਰਾਂ ਨਾਲ, ਵਲੀਆਂ ਨਾਲ ਬਹੁਤ ਜ਼ਿਆਦਾ ਸਾਂਝ ਸੀਗੀ, ਔਰ ਮੇਰੇ ਬਾਪੂ ਜੀ ਨੇ ਆਪਣੇ ਪਿੰਡ 'ਚ ਦਰਬਾਰ ਬਣਾਇਆ ਸੀ ਸਰਕਾਰਾਂ ਦਾ, ਸ਼ਾਹ ਨਾਇਕ ਸਰਕਾਰ ਦਾ,
ਤੇ ਉਹ ਇਸ ਕਰਕੇ ਉਹਨਾਂ ਦੀ ਜਿਹੜੀ ਰੂਹ ਸੀ ਉਹ ਸੂਫੀ ਰੂਹ ਸੀ ਤੇ ਉਹਨਾਂ ਦਾ ਜਿਹੜਾ ਗਾਣਾ ਵਜਾਉਣਾ ਸੀ ਇਸੇ ਤਰ੍ਹਾਂ ਦਾ ਉਹ ਸ਼ੁਰੂਆਤ ਹੀ ਸਾਡੀ ਮਤਲਬ ਬਚਪਨ ਤੋਂ ਮੈਂ ਇੱਦਾਂ ਦਾ ਗਾਣਾ ਹੀ ਸੁਣਿਆ ਉਹਦਾ ਜਦੋਂ ਤੁਸੀਂ ਛੋਟੇ ਹੁੰਦੇ ਸੀ ਉਦੋਂ ਕਿਹੜੇ ਆਰਟਿਸਟ ਤੁਹਾਨੂੰ ਯਾਦ ਹੈ ਵੀ ਕਿਹੜੇ ਆਰਟਿਸਟ ਉਦੋਂ ਪਾਪੂਲਰ ਬਹੁਤ ਹੁੰਦੇ ਸੀ ਜਿਹੜੇ ਪੰਜਾਬ 'ਚ ਜਿਹਨਾਂ ਨੇ ਤੁਹਾਨੂੰ ਵੀ ਸ਼ਾਇਦ ਥੋੜ੍ਹੇ ਵੱਲ ਉੱਦਾਂ ਜਦੋਂ ਤੁਹਾਡੀ ਫੈਮਿਲੀ 'ਚ ਸੀਗਾ ਜੀ ਉੱਦਾਂ ਹੋਰ ਆਰਟਿਸਟ ਮੈਂ ਜਦੋਂ ਮੈਂ ਸੀਗਾ ਕੋਈ 4 ਸਾਲ ਦਾ ਸੀਗਾ ਮੇਰੀ ਮਾਂ ਦੱਸਦੀ ਹੁੰਦੀ ਸੀ ਕਿ ਮੈਂ ਖਾਲੀ ਘਿਓ ਦੇ ਡੱਬੇ ਲੈ ਕੇ ਅਤੇ ਉਹਨਾਂ ਦਾ ਤਬਲਾ ਬਣਾ ਲੈਂਦਾ ਹੁੰਦਾ ਸੀ ਅਤੇ ਉਹ ਬਜਾ ਬਜਾ ਕੇ ਤੋਂ ਗਾਉਂਦਾ ਹੁੰਦਾ ਸੀ ਔਰ ਲੋਕ ਜਿਹੜੇ ਵੇਖਣ ਵਾਲੇ ਉਹ ਕਹਿੰਦੇ ਹੁੰਦੇ ਸੀ ਇਹ ਮੁੰਡਾ ਇੱਕ ਦਿਨ ਬਹੁਤ ਨਾਂ ਕਮਾਏਗਾ ਅਤੇ ਉਸ ਟਾਈਮ ਜਿਹੜੇ ਗਵੱਈਏ ਫੇਮਸ ਸੀਗੇ ਨਰਿੰਦਰ ਬੀਬਾ ਜੀ ਨੂੰ ਮੈਂ ਬਹੁਤ ਸੁਣਿਆ ਉਸ ਟਾਈਮ ਔਰ ਮੇਰੀ ਜਿਹੜੀ ਟੋਨ ਹੁੰਦੀ ਸੀ ਕਿਉਂਕਿ ਉਦੋਂ ਬਚਪਨ ਦੇ ਦਿਨ ਸੀਗੇ ਅਤੇ ਉਹ ਟੋਨ ਮੇਰੀ ਬਿਲਕੁਲ ਬੀਬਾ ਜੀ ਵਰਗੀ ਹੁੰਦੀ ਸੀ ਜਿਹਨੂੰ ਤੁਸੀਂ ਪਸੰਦ ਕਰਦੇ ਹੋ ਜਿਹਨੂੰ ਤੁਸੀਂ ਜ਼ਿਆਦਾ ਸੁਣਦੇ ਹੋ ਨਾ ਨੈਚੁਰਲੀ ਤੁਹਾਡੀ ਜਿਹੜੀ ਆਟੋਮੈਟਿਕਲੀ ਉਹ ਟੋਨ ਉੱਦਾਂ ਦੀ ਬਣ ਜਾਂਦੀ ਹੈ ਅਤੇ ਮੈਂ ਬੀਬਾ ਜੀ ਨੂੰ ਬਹੁਤ ਸੁਣਿਆ ਉਹਨਾਂ ਦੇ ਗਾਣੇ ਸਕੂਲ ਟਾਈਮ 'ਚ ਕਾਫੀ ਗਾਉਂਦਾ ਰਿਹਾ ਅਤੇ ਉਸ ਟਾਈਮ ਬੀਬਾ ਜੀ ਮਤਲਬ ਟੌਪ ਸਿੰਗਰ ਸੀਗੇ ਉਹਨਾਂ ਦੇ ਨਾਂ 'ਚ ਅਤੇ ਉਹਨਾਂ ਦੇ ਸਮਕਾਲੀ ਵੀ ਜਿਵੇਂ ਯਮਲਾ ਸਾਹਿਬ ਤੋਂ ਬਾਅਦ ਦੇ ਜਿਹੜੀਆਂ ਕੈਟਾਗਰੀਜ਼ ਆ ਜਾਂਦੀਆਂ ਨੇ ਛਿੰਦਾ ਜੀ ਆਏ ਫਿਰ ਮਾਣਕ ਸਾਹਿਬ ਆਏ ਮਾਣਕ ਸਾਹਿਬ ਵੀ ਬਹੁਤ ਜੀ ਪੁਰਾਣੇ ਗਵੱਈਏ ਹੋਏ ਬਹੁਤ ਜੀ ਅਤੇ ਬਸ ਇਹਨਾਂ ਲੋਕਾਂ ਨੂੰ ਸੁਣ ਸੁਣ ਕੇ ਅਤੇ ਨਰਿੰਦਰ ਬੀਬਾ ਜੀ ਦਾ ਮੈਂ ਫੈਨ ਰਿਹਾ ਬਹੁਤ ਸੁਣਿਆ ਉਹਨਾਂ ਨੂੰ ਅਤੇ ਮੈਂ ਕਲਾਸ 'ਚ ਆਪਣੇ ਸਕੂਲ ਦੇ ਵਿੱਚ ਵੀ ਉਹਨਾਂ ਦੇ ਗਾਣੇ ਗਾਉਂਦਾ ਰਿਹਾ ਅੱਛਾ ਜੀ ਅਤੇ ਤੁਹਾਨੂੰ ਯਾਦ ਹੈ ਵੀ ਤੁਹਾਡਾ ਫਸਟ ਪ੍ਰੋਫੈਸ਼ਨਲ ਸੌਂਗ ਕਿਹੜਾ ਸੀਗਾ ਜਦੋਂ ਤੁਸੀਂ ਗਾਉਂਦੇ ਜਦੋਂ ਮੈਂ ਪਹਿਲੀ ਵਾਰੀ ਸਕੂਲ ਦੀ ਸਟੇਜ 'ਤੇ ਮੈਂ ਪਰਫੋਰਮ ਕੀਤਾ ਸੀ ਔਰ ਉਦੋਂ ਵੀ ਮੈਂ ਇੱਕ ਸੂਫੀ ਕਲਾਮਿੰਗ ਆਇਆ ਸੀਗਾ ਵੀ ਲਾਲ ਮੇਰੀ ਪੱਤ ਰੱਖੀਓ ਭਲਾ ਝੂਲੇ ਲਾਲ ਉਹ ਪਹਿਲੀ ਵਾਰੀ ਮੈਂ ਉਹ ਸਟੇਜ 'ਤੇ ਪਰਫੋਰਮ ਕੀਤਾ ਉਸ ਤੋਂ ਬਾਅਦ ਫਿਰ ਚੱਲ ਸੋ ਚੱਲ ਚੱਲਦਾ ਹੀ ਰਿਹਾ ਜੀ ਜੀ ਅਤੇ ਤੁਹਾਡਾ ਜਾਣੀ ਸਾਰਿਆਂ ਦਾ ਪਾਪੂਲਰ ਸੌਂਗ ਜਿਹੜਾ ਇੱਥੇ ਇੰਗਲੈਂਡ ਜਿਹੜਾ ਹੈਗਾ ਮੌਸਮ ਵਾਂਗੂ ਬਦਲ ਗਿਆ ਜੀ ਜੀ ਰੁੱਤਾਂ ਵਾਂਗੂ ਖੜੇ ਇਹ ਤੁਸੀਂ ਕਿਹੜੇ ਵੇਲੇ ਦਾ ਸੌਂਗ ਹੈ ਜਾਣੀ ਕਿਹਨੇ ਲਿਖਿਆ ਸੀਗਾ ਇਸ ਗੀਤ ਨੂੰ ਲਿਖਿਆ ਸੀ ਵਿਨੋਦ ਸ਼ਾਇਰ ਸਾਹਿਬ ਨੇ ਅੱਛਾ ਆਪਣੇ ਪੰਜਾਬ ਤੋਂ ਸ਼ਾਇਰ ਚੰਗਾ ਉਹਨਾਂ ਦਾ ਨਾਂ ਅੱਛਾ ਉਹਨਾਂ ਨੇ ਲਿਖਿਆ ਸੀ ਔਰ ਸੰਗੀਤ ਸਮਰਾਟ ਚਰਨਜੀਤ ਹੂਜਾ ਸਾਹਿਬ ਉਹਨਾਂ ਨੇ ਇਸ ਗੀਤ ਨੂੰ ਬਣਾਇਆ ਰਿਕਾਰਡ ਕੀਤਾ ਔਰ ਵਰਲਡ ਵਾਈਡ ਇਸ ਗੀਤ ਨੂੰ ਇੰਨੀ ਮੁਹੱਬਤ ਮਿਲੀ ਕਿ ਹੁਣ ਤੱਕ ਵੀ ਲੋਕ ਜਿਹੜੇ ਆ ਉਹਨਾਂ ਦੇ ਚੇਤਿਆਂ 'ਚ ਖਿਆਲਾਂ 'ਚ ਲੋਕ ਸੁਣਦੇ ਆ ਲੋਕ ਅਜੇ ਵੀ ਜਾਣੀ ਤੁਹਾਡਾ ਜਾਣੀ ਪੁਰਾਣਾ ਗੀਤ ਹੈ ਤੁਹਾਡੇ ਜਦੋਂ ਤੁਸੀਂ ਯੰਗ ਸੀ ਉਦੋਂ ਦਾ ਗੀਤ ਇਹਨੂੰ ਇਸ ਗੀਤ ਨੂੰ ਰਿਲੀਜ਼ ਕੀਤਿਆਂ ਹੋ ਗਿਆ 98 'ਚ ਰਿਲੀਜ਼ ਹੋਇਆ ਸੀ 99 'ਚ ਅਤੇ ਉਦੋਂ ਤੋਂ ਲੈ ਕੇ ਹੁਣ ਤੱਕ ਤੁਸੀਂ ਇਹ ਦੇਖ ਲਓ ਕਿ ਵੀ ਹਾਂਜੀ ਮੈਂ ਤਾਂ ਪੁੱਛਿਆ ਇੱਥੇ ਵੀ ਜਾਣੀ ਇਸ ਸੌਂਗ ਦੀਆਂ ਰਿਕੁਐਸਟ ਆਉਂਦੀਆਂ ਰਹਿੰਦੀਆਂ ਕੋਈ ਨਾ ਕੋਈ ਕਹਿੰਦਾ ਰਹਿੰਦਾ ਵੀ ਉਹ ਸੌਂਗ ਲਾਓ ਮੌਸਮ ਵਾਂਗੂ ਬਦਲ ਗਿਆ ਜੀ ਇਹ ਸਰੋਤਿਆਂ ਦੀ ਮੁਹੱਬਤ ਹੈ ਜੀ ਜੋ ਉਹਨਾਂ ਨੂੰ ਚੰਗਾ ਲੱਗ ਜਾਵੇ ਅਤੇ ਉਹ ਉਸ ਚੀਜ਼ ਨੂੰ ਉਹ ਫਰਸ਼ ਤੋਂ ਅਰਸ਼ ਤੱਕ ਲੈ ਜਾਂਦੇ ਆ ਜਿਹਨੂੰ ਜਿਹੜੀ ਪਸੰਦ ਆ ਜਾਂਦੀ ਉਹਨਾਂ ਨੂੰ ਇੱਕ ਹੁਣ ਮੈਂ ਤੁਹਾਨੂੰ ਰਿਕੁਐਸਟ ਕਰਨੀ ਸੀਗੀ ਵੀ ਦੇਖੋ ਹੁਣ ਸਾਉਣ ਦਾ ਮਹੀਨਾ ਆ ਇੱਕ ਤੁਹਾਡਾ ਸੌਂਗ ਵੀ ਹੈਗਾ ਸਾਉਣ ਦਾ ਮਹੀਨਾ ਜੀ ਹਾਂਜੀ ਹਾਂਜੀ ਸਾਨੂੰ 2 ਕਲਾਈਨਾਂ ਤੁਸੀਂ ਉਹ ਜ਼ਰੂਰ ਗਾ ਕੇ ਸੁਣਾਇਓ ਤਾਂ ਫਿਰ ਤੁਹਾਡਾ ਸੌਂਗ ਸੁਣਾਉਂਦੇ ਹਾਂ ਜੀ ਲਾ ਕੇ ਨਾ ਮੈਂ ਹੁਣੇ ਸੁਣਾਉਂਦਾ ਜੀ ਸੌਣ ਦਾ ਮਹੀਨਾ ਹੋਵੇ ਪੈਂਦੀ ਬਰਸਾਤ ਹੋਵੇ ਸੱਜਣਾ ਨੇ ਆਉਣਾ ਹੋਵੇ ਪਹਿਲੀ ਮੁਲਾਕਾਤ ਹੋਵੇ ਸੌਣ ਦਾ ਮਹੀਨਾ ਹੋਵੇ ਪੈਂਦੀ ਬਰਸਾਤ ਹੋਵੇ ਸੱਜਣਾ ਨੇ ਆਉਣਾ ਹੋਵੇ ਪਹਿਲੀ ਮੁਲਾਕਾਤ ਹੋਵੇ ਇੱਕ ਦੂਜੇ ਨੂੰ ਸੁਣਾਈਏ ਹਾਲ ਦਿਲ ਦਾ ਇੱਕ ਦੂਜੇ ਨੂੰ ਸੁਣਾਈਏ ਹਾਲ ਦਿਲ ਦਾ ਇਹੋ ਜਿਹਾ ਨਜ਼ਾਰਾ ਮਿੱਤਰੋ ਫਿਰ ਜ਼ਿੰਦਗੀ 'ਚ ਕਦੇ ਕਦੇ ਮਿਲਦਾ ਇਹੋ ਜਿਹਾ ਨਜ਼ਾਰਾ ਮਿੱਤਰੋ ਫਿਰ ਜ਼ਿੰਦਗੀ 'ਚ ਕਦੇ ਕਦੇ ਮਿਲਦਾ ਇਹੋ ਜਿਹਾ ਨਜ਼ਾਰਾ ਮਿੱਤਰੋ ਫਿਰ ਜ਼ਿੰਦਗੀ 'ਚ ਕਦੇ ਕਦੇ ਮਿਲਦਾ ਬਹੁਤ ਹੀ ਵਧੀਆ ਲਓ ਜੀ ਤੁਹਾਡਾ ਸੌਂਗ ਸੁਣਦੇ ਹੁਣ ਸੌਣ ਦਾ ਮਹੀਨਾ ਸੌਣ ਦਾ ਮਹੀਨਾ ਹੋਵੇ ਪੈਂਦੀ ਬਰਸਾਤ ਹੋਵੇ ਸੌਣ ਦਾ ਮਹੀਨਾ ਹੋਵੇ ਪੈਂਦੀ ਬਰਸਾਤ ਹੋਵੇ ਸੱਜਣਾ ਨੇ ਆਉਣਾ ਹੋਵੇ ਪਹਿਲੀ ਮੁਲਾਕਾਤ ਹੋਵੇ ਸੌਣ ਦਾ ਮਹੀਨਾ ਹੋਵੇ ਪੈਂਦੀ ਬਰਸਾਤ ਹੋਵੇ ਸੱਜਣਾ ਨੇ ਆਉਣਾ ਹੋਵੇ ਪਹਿਲੀ ਮੁਲਾਕਾਤ ਹੋਵੇ ਇੱਕ ਦੂਜੇ ਨੂੰ ਸੁਣਾਈਏ ਹਾਲ ਦਿਲ ਦਾ ਇੱਕ ਦੂਜੇ ਨੂੰ ਸੁਣਾਈਏ ਹਾਲ ਦਿਲ ਦਾ ਇਹੋ ਜਿਹਾ ਨਜ਼ਾਰਾ ਮਿੱਤਰੋ ਫਿਰ ਜ਼ਿੰਦਗੀ 'ਚ ਕਦੇ ਕਦੇ ਮਿਲਦਾ ਇਹੋ ਜਿਹਾ ਨਜ਼ਾਰਾ ਮਿੱਤਰੋ ਫਿਰ ਜ਼ਿੰਦਗੀ 'ਚ ਕਦੇ ਕਦੇ ਮਿਲਦਾ
There you go, Mr. Sabar Koti with Saun da Mahina. Appropriate, because this is the month of Saavan. And Sabar Koti ji ne bahut hi pyara geet gaya siga Hanju album ch. Hanji Hanju album ch. Right, we'll be back after these short messages, and we're going to be talking to Mr. Sabar Koti. Don't go anywhere. Pure wali vaave saal vich saal tere mere pyar 24 hours a day 103.6 FM Ambur Radio tara ambra te koi koi e tara ambra te koi koi Ambur Radio bade maan nal pesh karde ne annual event Punjab di o surili awaz Punjab da o surila gayak live in concert world classical sufi singer Sabar Koti ik shaam manoranjan de naam An evening full of entertainment with other local artists Dev Dillon, Jin and Sheetal, Sazi Judge, Premi Johal, Toll Regiment, ate hor bhi bahut kuch. Ambur Radio pesh kar dene family event. August 2012 nu venue Tower Ballroom Reservoir Road Birmingham tickets ate hor jankari de layi phone karo Ambur Radio te 01922621016 ate 01922722815 te गेट्स नई आउटडोर केटरिंग सर्विस शादी बर्थडे और हर तरह की छोटी बड़ी पार्टी के माहिर हैं बेहतरीन पंजाबी खाना ताजा इंग्रेडिएंट्स से बनाते हैं वेस्ट मिडलैंड्स और आसपास के इलाकों से इंडिया गेट्स केटरिंग सर्विस आपके लिए मौजूद है इंडिया गेट्स 628 माउंट प्लेजेंट बिल्स्टन वुल्वरहैम्पटन टेलीफोन 01902401500 दैट्स 01902401500 इंडिया गेट्स न्यू केटरिंग सर्विस वेयर एवर यू आर Ambur Radio proudly presents a musical event live in concert a world renowned sufi and classical singer Sabar Koti on Saturday the 25th of August a night not to be missed After party with local artists Jin and Sitol, Pachangi, Banger, Shazi Judge, Premi Johal, Dev Dillon, Toll Regiment, and Desi Rhythm at the Tower Ballroom, Reservoir Road, Edgbaston, Birmingham. For tickets, check your local outlets or call Ambur Radio on 01922-722-815 or 01922-621-016 or check our website, amburradio.com. A night not to be missed. Driving you home, Ambur Radio. Right, welcome back then. You're listening to the Drive Time Show. And in the studio today, ਸਾਡੇ ਨਾਲ ਹੈਗੇ ਆ ਸਾਬਰ ਕੋਟੀ ਜੀ ਤੇ ਨਾਲ ਹੀ ਇਹਨਾਂ ਦੇ ਨਾਲ ਦੋ ਟੀਮ ਮੈਂਬਰ ਜਿਹੜੇ ਕਿ ਸਾਜ ਵਜਾ ਰਹੇ ਆ ਸਾਬਰ ਜੀ ਸਾਬਰ ਜੀ ਵਾਂਸ ਅਗੇਨ ਤੁਹਾਨੂੰ ਫਿਰ ਜੀ ਆਇਆਂ ਕਹਿੰਦੇ ਥੈਂਕ ਯੂ ਵੈਰੀ ਮਚ ਸਭ ਤੋਂ ਪਹਿਲਾਂ ਦੱਸੋ ਤੁਹਾਡੇ ਨਾਲ ਜਿਹੜੇ ਤੁਹਾਡੇ ਸਾਥੀ ਦੋ ਬੈਠੇ ਯੰਗ ਮੈਨ ਜੀ ਇਹਨਾਂ ਬਾਰੇ ਦੱਸੋ ਕੌਣ ਕੌਣ ਆ ਇਹ ਦੋਨੋਂ ਮੇਰੇ ਬੇਟੇ ਨੇ ਜੀ ਉਹ ਵਿਲੀਅਮ ਗਿਟਾਰ ਵਜਾ ਰਿਹਾ ਅੱਛਾ ਜੀ ਔਰ ਇਹ ਸੋਨੂ ਖੋਸਲਾ ਹੈਲੋ ਸੋਨੂ ਜੀ ਹੈਲੋ ਵਿਲੀਅਮ ਔਰ ਇਹ ਇਦਾਂ ਐਵੇਂ ਜਿਵੇਂ ਇੱਕ ਪੰਛੀ ਉੱਡਦਾ ਜੀ ਉਹਦੇ ਵਿੰਗਸ ਹੁੰਦੇ ਨੇ ਦੋ ਇਹ ਮੇਰੇ ਵਿੰਗਸ ਨੇ ਵੈਰੀ ਨਾਈਸ ਬਹੁਤ ਵਧੀਆ ਵੈਰੀ ਨਾਈਸ ਇਹ ਦੱਸ ਦੇਖੋ ਜੀ ਏਡੂ ਵੱਡੀ ਜੀ ਕਹਿੰਦੇ ਹੁੰਦੇ ਆ ਐਜੂਕੇਸ਼ਨ ਕਿਹੜੀ ਹੈ ਨਾ ਦੇਖੋ ਜਿਹੜੀ ਤੁਸੀਂ ਫੈਮਿਲੀ 'ਚ ਤੁਹਾਡੇ ਬੱਚੇ ਵੀ ਗਾਹਾਂ ਉਹ ਸਿੱਖ ਜਾਣਾ ਨਾ ਜਦੋਂ ਤਬਲਾ ਉੱਦਣ ਵੀ ਇਹ ਮਾਲਕ ਦਾ ਬਹੁਤ ਵੱਡਾ ਕਰਮ ਹੈ ਕਿ ਇੱਕ ਗਵੱਈਏ ਲਈ ਉਹਦਾ ਇਹ ਧੰਨ ਭਾਗ ਹੁੰਦਾ ਕਿ ਬੂਟੇ ਤਾਂ ਬੂਟਾ ਲੱਗ ਜਾਵੇ ਉਹ ਬੜੀ ਅੱਛੀ ਗੱਲ ਹੁੰਦੀ ਕਿਉਂਕਿ ਉਹ ਫਿਰ ਬੰਦਾ ਫਿਜ਼ੀਕਲੀ ਚਲੇ ਵੀ ਜਾਵੇ ਦੁਨੀਆ ਤੋਂ ਪਰ ਫਿਰ ਦੁਨੀਆ ਉਹਨੂੰ ਯਾਦ ਰੱਖਦੀ ਕਿਉਂਕਿ ਉਹ ਫਿਰ ਉਸ ਗਵੱਈਏ ਦੇ ਰੂਪ 'ਚ ਉਹ ਬੱਚਿਆਂ ਨੂੰ ਬਿਲਕੁਲ ਕੈਰੀ ਔਨ ਹੋ ਜਾਂਦਾ ਲੈਗਸੀ ਕੈਰੀ ਔਨ ਹੈ ਨਾ ਬਹੁਤ ਹੀ ਵਧੀਆ ਜੀ ਅੱਛਾ ਸਾਬਰ ਜੀ ਹੁਣ ਥੋੜ੍ਹੇ ਆਪਣੇ ਤੁਸੀਂ ਦੱਸੋ ਜਿਹੜੇ ਹੋਰ ਤੁਹਾਡੇ ਜਿਹਨਾਂ ਜਿੱਦਾਂ ਹੰਝੂ ਐਲਬਮ ਜਿਹੜੀ ਤੁਹਾਡੀ ਆਈ ਸੀ ਜਿਹਦੇ ਆਪਾਂ ਸਾਉਣ ਦਾ ਮਹੀਨਾ ਗਾਉਂਦੇ ਇਹ ਬਹੁਤ ਹੀ ਜਾਣੀ ਦਰਦ ਭਰੇ ਗੀਤ ਸੀ ਹੈ ਨਾ ਹਾਂਜੀ ਤੁਸੀਂ ਮੈਨੂੰ ਦੱਸੋਗੇ ਵੀ ਜਾਣੀ
ਕਿੱਦਾਂ ਤੁਸੀਂ ਇਹ ਹਾਊ ਡਿਡ ਕਮ ਅਬਾਊਟ ਇਹ ਐਲਬਮ ਕਿੱਦਾਂ ਆਈ ਤਾਂ ਤੁਹਾਡਾ ਜਾਣੀ ਦਰਦ ਭਰੇ ਗੀਤਾਂ ਨਾਲ ਕਿੱਦਾਂ ਤੁਹਾਡਾ ਖਿਆਲ ਗਿਆ ਵੀ ਮੈਂ ਉੱਦਾਂ ਦੇ ਸੌਂਗ ਰਿਕਾਰਡ ਕਰਨਾ ਮੇਰਾ ਐਕਚੁਅਲੀ ਜਿਹੜਾ ਮੋਟਿਵ ਹੈ ਉਹ ਹੈ ਕਿ ਜਿਹੜਾ ਸੈਡ ਗੀਤ ਹੋਵੇ ਜਿਹੜਾ ਸੈਡ ਉਦਾਸ ਰੰਗ ਦਾ ਗੀਤ ਹੋਵੇ ਉਹਦੇ ਅੰਦਰ ਜਿਹੜੀ ਤੁਹਾਡੀ ਗਾਇਕੀ ਆ ਜਿਹੜਾ ਤੁਹਾਡਾ ਫਨ ਹੈ ਤੁਸੀਂ ਉਹਨੂੰ ਦਿਖਾ ਸਕਦੇ ਹਾਂ ਸੁਣਾ ਸਕਦੇ ਹਾਂ ਜਿਹੜੇ ਡਾਂਸਿੰਗ ਬੀਟ ਦੇ ਗਾਣੇ ਹੁੰਦੇ ਆ ਜਾਂ ਇਹ ਕਹਿ ਲਓ ਕਿ ਰੋਮਾਂਟਿਕ ਹੁੰਦੇ ਆ ਉਹਨਾਂ ਦੇ ਅੰਦਰ ਸਿਰਫ ਬੀਟ ਪ੍ਰਧਾਨ ਹੁੰਦਾ ਉਹ ਲੋਕੀ ਕਿਉਂਕਿ ਨੱਚ ਨੁੱਚ ਲੈਂਦੇ ਆ ਉਹਦੇ ਨਾਲ ਇੰਜੋਏ ਕਰ ਲੈਂਦੇ ਆ ਪਰ ਉਹਦੇ 'ਚ ਤੁਸੀਂ ਜ਼ਿਆਦਾ ਗਾਇਕੀ ਨਹੀਂ ਦਿਖਾ ਸਕਦੇ ਇਸ ਕਰਕੇ ਮੈਨੂੰ ਸੈਡ ਗੀਤ ਜਿਹੜੇ ਨੇ ਉਹ ਜ਼ਿਆਦਾ ਮੈਂ ਲਾਈਕ ਕਰਦਾ ਕਿਉਂਕਿ ਉਹ ਇਹ ਗਜ਼ਲਨੁਮਾ ਗੀਤ ਹੁੰਦੇ ਜਿਵੇਂ ਗਜ਼ਲ ਹੁੰਦੀ ਹੈ ਉਹਦੇ 'ਚ ਤੁਸੀਂ ਆਪਣਾ ਫਨ ਜੋ ਤੁਸੀਂ ਸਿੱਖਿਆ ਉਹ ਦਿਖਾ ਸਕਦੇ ਇਹ ਪਹਿਲਾਂ ਤੋਂ ਤੁਸੀਂ ਸੈਡ ਗੀਤ ਗਾਉਂਦੇ ਆ ਜਾਣੀ ਲੇਟਰ ਔਨ ਮੈਂ ਹਰ ਤਰ੍ਹਾਂ ਦੇ ਗਾਇਆ ਕਿਉਂਕਿ ਪਾਰਟੀ ਸੌਂਗ ਵੀ ਮੈਂ ਗਾਏ ਨੇ ਜਿਵੇਂ ਆਹ ਸੌਣ ਦਾ ਮਹੀਨਾ ਪਿੱਛੇ ਗਾਣਾ ਬੜਾ ਹਿੱਟ ਰਿਹਾ ਸਾਡਾ ਸਾਡੇ ਨਾਂ ਦੀ ਮਹਿੰਦੀ ਲਾ ਸਾਡੀ ਹਾਂਜੀ ਉਹ ਵੀ ਬਹੁਤ ਐਵਰੀਵੇਅਰ ਹਰ ਪਾਰਟੀ ਦੇ ਅੰਦਰ ਉਹ ਗਾਣਾ ਸੁਣਿਆ ਗਿਆ ਉਹ ਵੀ ਹੈਗਾ ਤੇ ਹੰਝੂ ਹੰਝੂ ਗੀਤ ਦੀਆਂ ਮੈਂ ਦੋ ਹਾਂਜੀ ਹੰਝੂ ਗੀਤ ਜਿਹੜਾ ਇਹ ਲਿਖਿਆ ਕਿਹਨੇ ਸੀਗਾ ਪਹਿਲਾਂ ਜਿਵੇਂ ਦੱਸੋ ਕਾਲਾ ਨਿਜ਼ਾਮਪੁਰੀ ਸਾਹਿਬ ਨੇ ਇਸ ਗੀਤ ਨੂੰ ਲਿਖਿਆ ਸੀ ਅੱਛਾ ਮਿਊਜ਼ੀਕਲ ਅਰੇਂਜਮੈਂਟ ਜੈਦੇਵ ਕੁਮਾਰ ਨੇ ਇਹਦਾ ਮਿਊਜ਼ਿਕ ਬਹੁਤ ਸੋਹਣਾ ਬਹੁਤ ਹੀ ਵਧੀਆ ਗੀਤ ਲਓ ਜੀ ਸਾਬਰ ਕੋਟੀ ਜੀ ਵਿਦ ਹੰਝੂ ਹੰਝੂਆਂ ਦੇ ਵਿੱਚ ਗਮ ਨੂੰ ਪਾ ਕੇ ਪੀਣਾ ਸਿੱਖ ਲਿਆ ਹੰਝੂਆਂ ਦੇ ਵਿੱਚ ਗਮ ਨੂੰ ਪਾ ਕੇ ਪੀਣਾ ਸਿੱਖ ਲਿਆ ਜਾਵੇ ਕਦੀਰੇ ਤੇਰੇ ਬਾਜੋਂ ਜਾਵੇ ਕਦੀਰੇ ਤੇਰੇ ਬਾਜੋਂ ਜੀਣਾ ਸਿੱਖ ਲਿਆ ਹੰਝੂਆਂ ਦੇ ਵਿੱਚ ਗਮ ਪਾ ਕੇ ਪੀਣਾ ਸਿੱਖ ਲਿਆ ਪੀਣਾ ਸਿੱਖ ਵਾਦੇ ਝੂਠਿਆਂ ਲਾਰਿਆਂ ਕੋਲੋਂ ਅੱਕ ਗਿਆਂ ਡਾਡੀਏ ਤੇਰੇ ਜ਼ੁਲਮਾਂ ਤੋਂ ਬਹੁਤਾ ਥੱਕ ਗਿਆਂ ਡਾਡੀਏ ਤੇਰੇ ਜ਼ੁਲਮਾਂ ਤੋਂ ਬਹੁਤਾ ਥੱਕ ਗਿਆਂ ਜ਼ਖਮਾਂ ਨੂੰ ਅਸੀਂ ਨਾਲ ਹੌਸਲੇ ਜ਼ਖਮਾਂ ਨੂੰ ਅਸੀਂ ਨਾਲ ਹੌਸਲੇ ਸੀਣਾ ਸਿੱਖ ਲਿਆ ਹੰਝੂਆਂ ਦੇ ਵਿੱਚ ਗਮ ਪਾ ਕੇ ਪੀਣਾ ਸਿੱਖ ਲਿਆ ਪੀਣਾ ਸਿੱਖ ਲਿਆ ਪੀਣਾ ਸਿੱਖ ਲਿਆ ਬਹੁਤ ਹੀ ਖੂਬ ਜੀ ਬਹੁਤ ਵੈਰੀ ਨਾਈਸ ਸਾਬਰ ਜੀ ਬਹੁਤ ਹੀ ਵਧੀਆ ਸੌਂਗ ਹੈ ਜੀ ਦੇਖੋ ਕਿੰਨੀ ਇਹ ਚ ਫੀਲਿੰਗ ਹੈ ਸੌਂਗ ਚ ਜੀ 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 ਤਾਂ ਤੁਸੀਂ ਵੀ ਜਾਣੀ ਕਿਉਂਕਿ ਜਦੋਂ ਇੱਕ ਸ਼ਾਇਰ ਗੀਤ ਲਿਖਦਾ ਕੁਲਦੀਪ ਜੀ ਉਹ ਆਪਣੇ ਜਿਗਰ ਦਾ ਖੂਨ ਨਿਚੋੜ ਕੇ ਇੱਕ ਪੇਪਰ ਦੇ ਉੱਤੇ ਜੀ ਜੀ ਚਿਪਕਾ ਦਿੰਦਾ ਔਰ ਅਸੀਂ ਲੋਕ ਸਰੋਤਿਆਂ ਨੂੰ ਕਈ ਵਾਰੀ ਇਹ ਹੁੰਦਾ ਕਿ ਨਹੀਂ ਗੱਲ ਨਹੀਂ ਬਣੀ ਸਵਾਦ ਨਹੀਂ ਆਇਆ ਲੇਕਿਨ ਜਿਹੜਾ ਸ਼ਾਇਰ ਹੈ ਉਹ ਜਦੋਂ ਕੋਈ ਵੀ ਚੀਜ਼ ਲਿਖਦਾ ਗਜ਼ਲ ਲਿਖੇ ਜਾਂ ਗੀਤ ਲਿਖੇ ਉਹ ਜਦੋਂ ਲਿਖਦਾ ਹੈ ਤਾਂ ਉਹਦਾ ਮਿਰਜ਼ਾ ਗਾਲਿਬ ਸਾਹਿਬ ਨੇ ਇੱਕ ਜਗ੍ਹਾ ਕਿਹਾ ਸੀ ਆਪਣੀ ਗਜ਼ਲ ਦੇ ਅੰਦਰ ਆਪਣੇ ਕਲਾਮ ਦੇ ਅੰਦਰ ਕਿ ਗਜ਼ਲ ਮੇ ਬੰਦ ਸ਼ੋ ਅਲਫਾਜ਼ ਹੀ ਨਹੀਂ ਕਾਫੀ ਜੀ ਗਜ਼ਲ ਮੇ ਬੰਦ ਸ਼ੋ ਅਲਫਾਜ਼ ਹੀ ਨਹੀਂ ਕਾਫੀ ਜਿਗਰ ਕਾ ਖੂਨ ਵੀ ਕੁਛ ਚਾਹੀਏ ਅਸਰ ਕੇ ਲਈ ਸਹੀ ਗੱਲ ਸੋ ਇਸ ਕਰਕੇ ਇਹ ਜਿਹੜੀ ਸ਼ਾਇਰੀ ਹੁੰਦੀ ਹੈ ਇਹ ਅਸੀਂ ਲੋਕ ਇਬਾਦਤ ਦੀ ਤਰ੍ਹਾਂ ਇਹਨੂੰ ਲੈਂਦੇ ਹਾਂ ਇਹ ਇੱਕ ਸ਼ਾਇਰ ਦੇ ਜਜ਼ਬਾਤ ਹੁੰਦੇ ਨੇ ਉਹਦੇ ਜਿਗਰ ਦਾ ਖੂਨ ਹੁੰਦਾ ਜੀ ਜੀ ਤਾਂ ਇੱਕ ਹੋਰ ਫਿਰ ਤੁਹਾਡੀ ਐਲਬਮ ਆਈ ਸੀਗੀ ਲਹਿੰਗਾ ਹੈ ਜੀ 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 ਤਾਂ ਲਹਿੰਗਾ ਜਿਹਨੂੰ ਇਹ 'ਚ ਕਾਫੀ ਮੇਰੇ ਖਿਆਲ ਸੌਂਗ ਆ ਤਾਂ ਇਹ 'ਚ ਇੱਕ ਸਪੈਸ਼ਲ ਸੌਂਗ ਹੈ ਜਿਹੜਾ ਕਿ ਤਾਰਾ ਅੰਬਰਾਂ 'ਤੇ ਕੋਈ ਕੋਈ ਜੀ 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 ਇਹ ਸੌਂਗ ਦੇਖੋ ਕਿੰਨਾ ਅਗੇਨ ਬਹੁਤ ਹੀ ਯੂ ਨੋ ਵਧੀਆ ਦੇਖ ਲਓ ਕਿੰਨੇ ਸਾਲ ਹੋ ਗਏ ਨੇ ਉਹਨੂੰ ਰਿਲੀਜ਼ ਹੋਇਆ ਮੇਰਾ ਖਿਆਲ 11-12 ਸਾਲ ਤਕਰੀਬਨ ਹੋ ਚੁੱਕੇ ਨੇ ਰਿਲੀਜ਼ ਹੋਇਆ ਉਹਨੂੰ ਜੀ ਔਰ ਅੱਜ ਵੀ ਉਹ ਗੀਤ ਤਾਜ਼ਾ ਆ ਜਦੋਂ ਵੀ ਸੁਣਦੇ ਆ ਤੇ ਸੁਣਨ ਵਾਲੇ ਜਿੰਨੀ ਵਾਰ ਮਰਜ਼ੀ ਸੁਣ ਲਓ ਬਿਲਕੁਲ ਯਾਦ ਰੱਖਦੇ ਸਰੋਤੇ ਉਸ ਗੀਤ ਨੂੰ ਤੇ ਇਹਦੇ ਬਾਰੇ ਥੋੜਾ ਗੀਤ ਬਾਰੇ ਦੱਸੋ ਵੀ ਇੱਕ ਜਿਹੜੀ ਇਹ ਪਾਲੀ ਰਾਏਪੁਰ ਵਾਲਾ ਇਹਦੇ ਸ਼ਾਇਰ ਨੇ ਅੱਛਾ ਜੀ ਔਰ ਹੂਜਾ ਸਾਹਿਬ ਨੇ ਇਹ ਗੀਤ ਰਿਕਾਰਡ ਕੀਤਾ ਉਹਨਾਂ ਨੇ ਚਰਨ ਚੰਜੀਤ ਹੂਜਾ ਜੀ ਅੱਛਾ ਜੀ ਤਾਂ ਇਹਦੇ ਬਾਰੇ ਉਹਦਾ ਜਿਹੜਾ ਇਸ ਗੀਤ ਬਾਰੇ ਜਦੋਂ ਤੁਹਾਨੂੰ ਜਦੋਂ ਤੁਸੀਂ ਪਰਫੋਰਮ ਕਰਦੇ ਆ ਮੇਰਾ ਖਿਆਲ ਇਹ ਤਾਂ ਜ਼ਰੂਰੀ ਹੈ ਨਾ ਐਵਰੀ ਟਾਈਮ ਮੇਰੀ ਜਿਹੜੀ ਸਟੇਜ ਦੀ ਸ਼ੁਰੂਆਤ ਹੁੰਦੀ ਹੈ ਆਲਵੇਜ਼ ਉਹ ਇਸੇ ਗੀਤ ਨਾਲ ਹੀ ਹੁੰਦੀ ਹੈ ਕਿਉਂਕਿ ਜਦੋਂ ਅਸੀਂ ਕਿਤੇ ਵੀ ਪਰਫੋਰਮ ਕਰਦੇ ਹਾਂ
ਸਭ ਤੋਂ ਪਹਿਲਾਂ ਇੱਕ ਕਾਫੀ ਹੁੰਦੀ ਹੈ, ਕਾਫੀ ਤੋਂ ਬਾਅਦ ਇਹ ਗੀਤ ਜਿਹੜਾ ਜਦੋਂ ਗੀਤਾਂ ਦਾ ਦੌਰ ਸ਼ੁਰੂ ਹੁੰਦਾ ਤੇ ਪਹਿਲਾ ਗੀਤ ਇਹ ਹੁੰਦਾ, ਇਹਦੇ ਨਾਲ ਸ਼ੁਰੂਆਤ ਕਰਦੇ ਹਾਂ ਆਲਵੇਜ਼ ਅਸੀਂ। ਬਹੁਤ ਇੱਕ ਗਾਣਾ ਇੱਥੇ ਬਹੁਤ ਸੁਣਿਆ ਗਿਆ, ਇੰਡੀਆ ਵੀ ਬਹੁਤ ਸੁਣਿਆ ਗਿਆ, ਥੋੜ੍ਹਾ ਜਿਹਾ ਸਾਂਝੇ ਕਰਦੇ ਸਰੋਤਿਆਂ ਦੇ ਨਾਲ। ਆਪੇ ਮੰਗੀਆਂ ਤੂੰ ਸਾਡੇ ਕੋਲੋਂ ਸੱਜਣਾ, ਆਪੇ ਮੋੜ ਗਏ ਸਾਡੀਆਂ ਨਿਸ਼ਾਨੀਆਂ। ਆਪੇ ਮੰਗੀਆਂ ਤੂੰ ਸਾਡੇ ਕੋਲੋਂ ਸੱਜਣਾ, ਆਪੇ ਮੋੜ ਗਏ ਸਾਡੀਆਂ ਨਿਸ਼ਾਨੀਆਂ। ਜਿਵੇਂ ਰਾਜ਼ੀ ਏ ਤੂੰ ਅਸਾਂ ਤੈਨੂੰ ਰੱਖਣਾ, ਜਿਵੇਂ ਰਾਜ਼ੀ ਏ ਤੂੰ ਅਸਾਂ ਤੈਨੂੰ ਰੱਖਣਾ, ਵੇ ਸਾਨੂੰ ਤੇਰੀਆਂ ਕਬੂਲ ਮਨ ਮਾਨੀਆਂ। ਮੰਗੀਆਂ ਤੂੰ ਸਾਡੇ ਕੋਲੋਂ ਸੱਜਣਾ, ਆਪੇ ਮੋੜ ਗਏ ਸਾਡੀਆਂ ਨਿਸ਼ਾਨੀਆਂ। ਜਿਵੇਂ ਰਾਜ਼ੀ ਏ ਤੂੰ ਅਸਾਂ ਤੈਨੂੰ ਰੱਖਣਾ, ਜਿਵੇਂ ਰਾਜ਼ੀ ਏ ਤੂੰ ਅਸਾਂ ਤੈਨੂੰ ਰੱਖਣਾ, ਸਾਨੂੰ ਤੇਰੀਆਂ ਕਬੂਲ ਮਨ ਮਾਨੀਆਂ। ਮੰਗੀਆਂ ਤੂੰ ਸਾਡੇ ਕੋਲ ਸੱਜਣਾ, ਆਪੇ ਮੋੜ ਗਏ ਸਾਡੀਆਂ ਨਿਸ਼ਾਨੀਆਂ। ਤੈਨੂੰ ਰੱਬ ਆਪਣਾ ਮੰਨਿਆ ਸੀ, ਤੈਨੂੰ ਰੱਬ ਆਪਣਾ, ਜਿਵੇਂ ਜਾਣਿਆ ਸੀ ਤੈਨੂੰ ਜਾਨ ਵਾਂਗਰਾ। ਤੁਰ ਗਏ ਹੋਏ ਗਰੀਬ ਨੂੰ ਤੂੰ ਰੋਲ ਕੇ, ਕਿਸੇ ਮੇਲੇ ਚ ਗਵਾਚੀ ਪਾਨ ਵਾਂਗਰਾ। ਗਿਲਾ ਕੋਈ ਨਾ ਉਲਾਂਬਾ ਤੈਨੂੰ ਸੋਹਣੇ, ਜੋ ਵੀ ਹੋ ਗਿਆ ਖਰਾਏ ਮਿਹਰਬਾਨੀਆਂ। ਗਿਲਾ ਕੋਈ ਨਾ ਉਲਾਂਬਾ ਤੈਨੂੰ ਸੋਹਣੇ, ਜੋ ਵੀ ਹੋ ਗਿਆ ਖਰਾਏ ਮਿਹਰਬਾਨੀਆਂ। ਜਿਵੇਂ ਰਾਜ਼ੀ ਏ ਤੂੰ ਅਸਾਂ ਤੈਨੂੰ ਰੱਖਣਾ, ਜਿਵੇਂ ਰਾਜ਼ੀ ਏ ਤੂੰ ਅਸਾਂ ਤੈਨੂੰ ਰੱਖਣਾ, ਸਾਨੂੰ ਤੇਰੀਆਂ ਕਬੂਲ ਮਨ ਮਾਨੀਆਂ। ਮੰਗੀਆਂ ਤੂੰ ਸਾਡੇ ਕੋਲ ਸੱਜਣਾ, ਆਪੇ ਮੋੜ ਗਏ ਸਾਡੀਆਂ ਨਿਸ਼ਾਨੀਆਂ, ਵੇ ਆਪੇ ਮੋੜ ਗਏ ਸਾਡੀਆਂ ਨਿਸ਼ਾਨੀਆਂ, ਤੂੰ ਆਪੇ ਮੋੜ ਗਏ ਸਾਡੀਆਂ ਨਿਸ਼ਾਨੀਆਂ, ਆਪੇ ਮੋੜ ਗਏ ਸਾਡੀਆਂ ਨਿਸ਼ਾਨੀਆਂ। ਵੈਰੀ ਨਾਈਸ, ਵੈਰੀ ਨਾਈਸ। 24 ਆਵਰਸ ਅ ਡੇ, 103.6 FM, ਅੰਬਰ ਰੇਡੀਓ। ਤਾਰਾ ਅੰਬਰਾ ਤੇ ਕੋਈ ਕੋਈ ਏ, ਤਾਰਾ ਅੰਬਰਾ ਤੇ ਕੋਈ ਕੋਈ। ਅੰਬਰ ਰੇਡੀਓ ਬੜੇ ਮਾਣ ਨਾਲ ਪੇਸ਼ ਕਰਦੇ ਨੇ ਐਨੂਅਲ ਇਵੈਂਟ, ਪੰਜਾਬ ਦੀ ਉਹ ਸੁਰੀਲੀ ਆਵਾਜ਼, ਪੰਜਾਬ ਦਾ ਉਹ ਸੁਰੀਲਾ ਗਾਇਕ, ਲਾਈਵ ਇਨ ਕਾਂਸਰਟ ਵਰਲਡ ਕਲਾਸੀਕਲ ਸੂਫੀ ਸਿੰਗਰ ਸਾਬਰ ਕੋਟੀ। ਇੱਕ ਸ਼ਾਮ ਮਨੋਰੰਜਨ ਦੇ ਨਾਮ, an evening full of entertainment with other local artists, Dev Dillon, Jin and Sheetal, Sazi Judge, Premi Johal, Toll Regiment, ate hor bhi bahut kuch. Ambar Radio pesh kar dene family event. August 2012 nu venue Tower Ballroom Reservoir Road Birmingham. Tickets ate hor jankari de layi phone karo Ambar Radio te 01922621016 ate 01922722815 te. Driving you home, Amber Radio. Right, those of you listening to the Drive Time, I sat in our studio at Sabar Koti Ji. ਸਾਡੇ ਨਾਲ ਇੱਥੇ ਸਟੂਡੀਓ 'ਚ ਲਾਈਵ ਸੈਸ਼ਨ ਕਰ ਰਹੇ ਨੇ ਸਾਬਰ ਕੋਟੀ ਜੀ, ਸਾਡੇ ਮੇਨ ਆਰਟਿਸਟ ਹਨ, ਜਿਹੜੇ ਕਿ ਅੰਬਰ ਰੇਡੀਓ ਦੀ ਐਨੂਅਲ ਇਵੈਂਟ ਟਾਵਰ ਬੋਲਰੂਮ 'ਚ 25 ਅਗਸਤ ਨੂੰ ਹੋ ਰਹੀ ਆ, ਉੱਥੇ ਤੁਸੀਂ ਵੀ ਟਿਕਟ ਲੈ ਕੇ ਜ਼ਰੂਰ ਆਉਣਾ ਅਤੇ ਪ੍ਰੋਗਰਾਮ ਦਾ ਆਨੰਦ ਮਾਣਨਾ। ਰਾਈਟ ਸਾਬਰ ਜੀ, ਵਾਂਸ ਅਗੇਨ ਵੈਲਕਮ ਟੂ ਅੰਬਰ ਰੇਡੀਓ। ਥੈਂਕ ਯੂ।
ਰਾਈਟ ਸਾਬਰ ਜੀ, ਤੁਸੀਂ ਦੱਸੋ ਪਹਿਲਾਂ ਤੁਸੀਂ ਬਹੁਤ ਦੇਖ ਲਓ ਕਿੰਨੇ ਤੁਸੀਂ ਕੈਸਟ 'ਚ ਸੀ ਡੀ ਰਿਲੀਜ਼ ਕੀਤੇ ਹੈ ਜੀ, ਕਿੰਨੇ ਸੌਂਗ ਆਏ ਤੁਹਾਨੂੰ ਯਾਦ ਹੈ, ਜਾਣੀ ਟੋਟਲ ਸੌਂਗ ਕਿੰਨੇ ਗਾਏ ਹੋ ਗਏ ਅੱਜ ਦੇ, ਅਤੇ ਕਿੰਨੇ ਤੁਹਾਡੀ ਐਲਬਮ ਰਿਲੀਜ਼ ਹੋਈ? ਕਦੇ ਪਤਾ ਨਹੀਂ, ਹਿਸਾਬ ਹੀ ਨਹੀਂ ਕੀਤਾ ਕਦੇ। ਅੱਛਾ, ਐਲਬਮ ਅਪਰੋਕਸੀਮੇਟਲੀ ਮੇਰੇ ਹਿਸਾਬ ਨਾਲ ਹੁਣ ਤੱਕ 14-15 ਰਿਲੀਜ਼ ਹੋ ਗਈਆਂ ਹੋਣਗੀਆਂ ਮੇਰੇ ਹਿਸਾਬ ਨਾਲ, ਰਾਈਟ ਜੀ, ਜਿਹੜੀਆਂ ਮੇਰੀਆਂ ਪਰਸਨਲ ਸੋਲੋ ਜਿਹੜੀਆਂ, ਜਿਹੜੇ ਗਾਣੇ ਕਈ ਵਾਰੀ ਹੁੰਦਾ ਕਿ ਕੋਈ ਮਿਕਸ ਪ੍ਰੋਜੈਕਟ ਆ ਗਿਆ, ਕੋਈ ਹਾਂਜੀ ਕੋਈ ਫਿਲਮ ਦਾ ਗਾਣਾ ਆ ਗਿਆ ਕਿਸੇ, ਇੱਦਾਂ ਉਹ ਅਲੱਗ ਗਾਣੇ ਨੇ, ਲੇਕਿਨ ਜਿਹੜੀਆਂ ਮੇਰੀਆਂ ਆਪਣੀਆਂ ਸੋਲੋ ਕੈਸਟਸ ਨੇ ਉਹ ਹੁਣ ਤੱਕ ਮੇਰੇ ਖਿਆਲ 15-16 ਦੇ ਹਿਸਾਬ ਨਾਲ ਹੋ ਗਈਆਂ ਹੋਣਗੀਆਂ। ਮੈਂ ਤੁਹਾਨੂੰ ਪੁੱਛ ਸਕਦਾ ਤੁਹਾਡਾ ਫੇਵਰਿਟ ਸੌਂਗ ਕਿਹੜਾ ਹੈ ਸਾਰਿਆਂ ਸੌਂਗ 'ਚ ਜਿੰਨੇ ਗਾਏ? ਜਿਵੇਂ ਮਾਂ ਨੂੰ ਸਾਰੇ ਬੱਚੇ ਪਿਆਰੇ ਹੁੰਦੇ ਆ ਜੀ, ਇੱਕ ਸ਼ਾਇਰ ਨੂੰ, ਇੱਕ ਗਵੱਈਏ ਨੂੰ ਉਹ ਆਪਣਾ ਹਰ ਇੱਕ ਗਾਣਾ ਹੀ ਚੰਗਾ ਲੱਗਦਾ ਜੀ। ਪਰ ਇੱਕ ਗਾਣਾ ਮੈਂ ਅਕਸਰ ਗਾਉਂਦਾ ਰਹਿੰਦਾ, ਹਾਂਜੀ, ਉਹ ਮੈਨੂੰ ਬੜਾ ਅਜ਼ੀਜ਼ ਹੈ, ਵਿਜੇ ਧੰਮੀ ਹੋਰਾਂ ਦਾ ਲਿਖਿਆ। ਓਕੇ, ਸਾਡਾ ਹਾਲ ਵੇਖ ਕੇ ਰੂਪ ਸਾਡਾ ਹਾਲ ਵੇਖ ਕੇ ਰੂਪ ਫਿਰ ਰੋਂਦੇ ਰੋਂਦੇ ਟੁੱਟ ਗਏ, ਅਸੀਂ ਜਦ ਵੀ ਨੀ ਤਾਰਿਆਂ ਦੀ ਹਾਏ, ਜਦ ਵੀ ਨੀ ਤਾਰਿਆਂ ਦੀ ਲੋਏ ਬੈਠੇ ਰਹੇ ਹਾਂ, ਤੈਨੂੰ ਕੀ ਦੱਸੀਏ ਨੀ, ਤੈਨੂੰ ਕੀ ਦੱਸੀਏ, ਅਸੀਂ ਤੁਰੇ ਅੰਦਰ ਤੱਕ ਲੀਰਾਂ ਹੋਏ ਬੈਠੇ ਰਹੇ ਹਾਂ, ਤੁਰੇ ਅੰਦਰ ਤੱਕ ਲੀਰਾਂ ਹੋਏ ਬੈਠੇ ਰਹੇ ਹਾਂ, ਤੈਨੂੰ ਕੀ ਦੱਸੀਏ ਹੈ, ਕੀ ਦੱਸੀਏ, ਤੈਨੂੰ ਕੀ ਦੱਸੀਏ ਹੈ, ਕੀ ਦੱਸੀਏ, ਤੈਨੂੰ ਕੀ ਦੱਸੀਏ ਹੈ, ਕੀ ਦੱਸੀਏ। ਬਹੁਤ ਖੂਬ, ਬਹੁਤ ਹੀ ਵਧੀਆ ਜੀ, ਬਹੁਤ ਵਧੀਆ, ਵੈਰੀ ਨਾਈਸ ਸਾਬਰ ਜੀ। ਅੱਛਾ ਜੀ, ਤੁਸੀਂ ਜਿੱਦਾਂ ਅੱਗੇ ਮੈਂਸ਼ਨ ਹੁਣੇ ਤੁਸੀਂ ਕੀਤਾ ਵੀ ਤੁਸੀਂ ਪੰਜਾਬੀ ਫਿਲਮਾਂ 'ਚ ਵੀ ਕਾਫੀ ਗਾਣੇ ਗਾਏ ਆ, ਤਾਂ ਇਹਦੇ ਬਾਰੇ ਥੋੜ੍ਹਾ ਦੱਸੋ, ਫਿਲਮਾਂ 'ਚ ਤੁਹਾਡਾ ਕਿੱਦਾਂ ਜਾਣੀ ਇੰਟਰੋਡਕਸ਼ਨ ਹੋਇਆ ਸੌਂਗਸ ਦਾ? ਫਿਲਮ 'ਚ ਮੈਂ ਜਦੋਂ ਮੇਰੀ ਦੂਸਰੀ ਐਲਬਮ ਦੀ ਰਿਕਾਰਡਿੰਗ ਚੱਲ ਰਹੀ ਸੀ ਚੰਡੀਗੜ੍ਹ ਜੀ, 1992 ਦੇ ਦੌਰਾਨ, ਹਾਂਜੀ, ਅਤੇ ਉੱਥੇ ਇੱਕ ਫਿਲਮ ਮੇਕਰ ਨੇ ਪੰਜਾਬ 'ਚ ਆਪਣੇ ਇਕਬਾਲ ਢਿੱਲੋਂ ਸਾਹਿਬ, ਉਹਨਾਂ ਦੀਆਂ ਕਾਫੀ ਫਿਲਮਾਂ ਆਈਆਂ ਨੇ, ਬਦਲਾ ਜੱਟੀ ਦਾ, ਫਿਰ ਤਬਾਹੀ, ਕਾਫੀ ਐਸੀਆਂ ਕਈ ਫਿਲਮਾਂ ਨੇ ਪੰਜਾਬੀ ਦੀਆਂ ਬਹੁਤ ਉਹਨਾਂ ਨੇ ਬਣਾਈਆਂ ਨੇ, ਔਰ ਪਹਿਲੀ ਫਿਲਮ ਸੀ ਮੇਰੇ, ਮੈਂ ਜਿਸ ਫਿਲਮ 'ਚ ਗਾਣਾ ਗਾਇਆ, ਤਬਾਹੀ ਉਹਦਾ ਟਾਈਟਲ ਸੀ ਫਿਲਮ ਦਾ, ਔਰ ਪੰਜਾਬ 'ਚ ਕਾਫੀ ਜਿਵੇਂ ਪੰਜਾਬੀ ਫਿਲਮਾਂ ਦਾ ਦਾਇਰਾ ਜਿੰਨਾ ਕੁ ਹੈ ਪੰਜਾਬ ਦੇ ਅੰਦਰ, ਅਤੇ ਉਹ ਸਟੂਡੀਓ ਬੈਠੇ ਸੀਗੇ ਔਰ ਮੇਰੀ ਰਿਕਾਰਡਿੰਗ ਚੱਲ ਰਹੀ ਸੀ, ਅਤੇ ਉਹਨਾਂ ਨੇ ਫਿਰ ਕਿਹਾ ਕਿ ਇੱਕ ਗਾਣਾ ਸਾਡੇ ਲਈ ਵੀ ਗਾਓ, ਫਿਰ ਮੈਂ ਫਸਟ ਟਾਈਮ ਸਰਬਜੀਤ ਜੀ ਜਿਨ੍ਹਾਂ ਦੇ ਬੜੇ ਗਾਣੇ ਸੁਣੇ ਲੋਕਾਂ ਨੇ, ਕੋਕਾ ਕਢਵਾ ਦੇ ਮਾਈਆ, ਹਾਂਜੀ ਸਰਬਜੀਤ ਕੌਰ, ਹਾਂਜੀ, ਉਹਨਾਂ ਦੇ ਨਾਲ, ਔਰ ਪਰਮਿੰਦਰ ਸੰਧੂ ਜੀ, ਉਹ ਸਾਡਾ ਇੱਕ ਮਤਲਬ ਇਕੱਠਿਆਂ ਦਾ ਇੱਕ ਸੌਂਗ ਸੀਗਾ, ਉਹ ਲੋਹੜੀ ਲੋਹੜੀ ਦਾ ਸੌਂਗ ਸੀਗਾ ਕੁਛ, ਅਤੇ ਉਹ ਫਸਟ ਟਾਈਮ ਫਿਰ ਮੈਨੂੰ ਉੱਥੇ ਐਂਟਰੀ ਮਿਲੀ ਸੀ। ਅੱਛਾ ਜੀ, ਉਸ ਤੋਂ ਬਾਅਦ ਤਾਂ ਕਾਫੀ ਫਿਲਮਾਂ ਲਈ ਗਾਇਆ ਮੈਂ, ਅੱਛਾ, ਇਸ਼ਕ ਨਚਾਏ ਗਲੀ ਗਲੀ, ਫਿਰ ਜ਼ਖਮੀ, ਕਬਜ਼ਾ, ਪ੍ਰੀਤਾਂ ਦੇ ਪਹਿਰੇਦਾਰ, ਫਿਰ ਵਿਦਰੋਹ ਫਿਲਮ ਪਿੱਛੇ, ਇੱਕ ਪੁੰਨਿਆਂ ਦੀ ਰਾਤ ਹੋਣੇ ਪਿੱਛੇ ਜਿਹਾ ਰਿਲੀਜ਼ ਹੋਈ ਸੀ ਜੀ, ਉਹਦੇ 'ਚ ਉੱਤਮ ਸਿੰਘ ਉਹਨਾਂ ਦੀ ਬੇਟੀ ਦੇ ਨਾਲ ਮੈਂ ਇੱਕ ਡਿਊਟ ਗਾਇਆ ਸੀ। ਅੱਛਾ ਜੀ, ਵੈਰੀ ਗੁੱਡ, ਵੈਰੀ ਗੁੱਡ। ਤਾਂ ਇੱਕ ਫਿਰ ਤੁਸੀਂ ਪਿੰਡ ਦੀ ਕੁੜੀ ਜਿਹੜੀ ਹੈ, ਪਿੰਡ ਦੀ ਕੁੜੀ ਰੀਸੈਂਟ ਫਿਲਮ ਆ ਜਿਹੜੀ ਆਪਣੇ ਜੀ, ਉਹਦੇ 'ਚ ਸਰਬਜੀਤ ਚੀਮੇ ਹੋਰਾਂ ਦੀ, ਸਰਬਜੀਤ ਚੀਮੇ ਦੀ, ਜੀ, ਤੁਸੀਂ ਉਹਨਾਂ 'ਚ ਵੀ ਗਾਇਆ ਸੀ ਜੀ, ਨਹਿਰ ਵਾਲੇ ਪੁੱਲ, ਸਾਨੂੰ ਨਹਿਰ ਵਾਲੇ ਪੁੱਲ 'ਤੇ ਬੁਲਾ ਕੇ, ਹਾਂਜੀ, ਉਹ ਬੜਾ ਕਾਮੇਡੀ ਗੀਤ ਸੀਗਾ ਉਹ, ਉਹਦੇ 'ਚ ਕਾਫੀ ਆਰਟਿਸਟਾਂ ਨੇ ਇਕੱਠੇ ਗਾਇਆ ਸੀ, ਮੈਂ, ਸਰਦੂਲ ਭਾਅ ਨੇ, ਸ਼ੌਕਤ ਅਲੀ ਸਾਹਿਬ, ਸਰਦੂਲ, ਫਿਰੋਜ਼ ਖਾਨ, ਸਾਰਿਆਂ ਨੇ ਇਕੱਠੇ ਮਿਲ ਕੇ ਗਾਇਆ ਸੀ ਜੀ ਜੀ ਜੀ। ਤਾਂ ਉਹ ਹੋਰ ਵੀ ਆਰਟਿਸਟ ਨਾਲ ਤੁਸੀਂ ਕੋਈ ਸੌਂਗ ਗਾਏ ਆ, ਹੈਵ ਯੂ ਡਨ ਕੋਲੈਬੋਰੇਸ਼ਨ ਕੀਤੀ ਆ? ਬਹੁਤ ਕਈ ਐਸੇ ਮੌਕੇ ਆਏ ਨੇ, ਬੁੱਗਾ ਜੀ ਔਰ ਮੈਂ, ਊਜਾ ਸਾਹਿਬ ਨੇ ਸਾਨੂੰ ਇਕੱਠੇ ਗਵਾਇਆ, ਸਰਦੂਲ ਭਾਅ ਜੀ ਨਾਲ ਗਾਇਆ, ਅਤੇ ਆਲਵੇਜ਼ ਚੱਲਦਾ ਰਹਿੰਦਾ ਜਦੋਂ ਜਿਵੇਂ ਜਿਵੇਂ ਮੌਕਾ ਮਿਲਦਾ ਬਸ, ਉਹ ਜੀ ਜੀ, ਬੰਦੇ ਆ ਫਜ਼ੂਲ ਗਿਲਾ ਐਵੇਂ ਤੇਰੇ ਦਿਲ ਦਾ ਹੁਕਮ ਬਿਨਾਂ ਦੇ ਕਦੇ ਪਤਾ ਵੀ ਨਹੀਂ ਹਿਲਦਾ ਜੀ ਜੀ, ਜਿਵੇਂ ਜਿਵੇਂ ਮਾਲਕ ਦਾ ਹੁਕਮ ਐਕਚੁਲੀ। ਸੰਭੜੀ ਆਪਾਂ ਨੂੰ ਫੋਨ ਕਰ ਰਿਹਾ ਸੀ ਕੋਈ, ਤਾਂ ਲਿਸਨਰ ਨੂੰ ਕਹਿ ਦਈਏ ਜੇ ਤੁਸੀਂ ਸਾਬਰ ਕੋਟੀ ਜੀ ਨਾਲ ਗੱਲ ਕਰਨੀ ਹੈ ਜ਼ਰੂਰ ਸਾਨੂੰ ਫੋਨ ਕਰੋ, ਅਸੀਂ ਹੁਣ ਨੈਕਸਟ ਸਾਬਰ ਕੋਟੀ ਜੀ ਫੋਨ ਮਾੜੇ ਆਨਸਰ ਕਰ ਲਈ, ਕਰ ਲਓ ਜੀ, ਕਰੋ ਕਰੋ, ਹਾਂਜੀ, ਓਕੇ, ਇੱਕ ਮਿੰਟ ਹੈ।
ਹੰਝੂਆਂ ਦੇ ਵਿੱਚ ਗਮ ਪਾ ਕੇ ਪੀਣਾ ਸਿੱਖ ਲਿਆ ਹੰਝੂਆਂ ਦੇ ਵਿੱਚ ਗਮ ਪਾ ਕੇ ਪੀਣਾ ਸਿੱਖ ਲਿਆ ਜਾ ਬੇ ਕਦਰੇ ਰਾਈਟ ਦੋਸਤੋ ਸਾਡੇ ਨਾਲ ਔਨ ਏਅਰ ਇਸ ਵੇਲੇ ਸਾਡੇ ਬੌਬੀ ਜੀ ਬਿਲਸਨ ਤੋਂ ਫੋਨ ਕਰ ਰਹੇ ਆ ਹੈਲੋ ਬੌਬੀ ਜੀ ਹੈਲੋ ਜੀ ਹਾਂਜੀ ਮਿਸਟਰ ਕੂਲ ਕਿੱਦਾਂ ਜੀ ਯੂ ਆਰ ਲਾਈਵ ਔਨ ਏਅਰ ਔਨ ਅੰਬਰ ਰੇਡੀਓ ਤੁਸੀਂ ਸਾਬਰ ਕੋਟੀ ਜੀ ਨੂੰ ਸਾਬਰ ਕੋਟੀ ਜੀ ਤੁਹਾਨੂੰ ਸੁਣ ਰਹੇ ਬੌਬੀ ਤੁਸੀਂ ਕੀ ਪੁੱਛਣਾ ਚਾਹੁੰਦੇ ਆ ਸਾਬਰ ਕੋਟੀ ਜੀ ਨਾਲ ਗੱਲ ਕਰ ਸਕਦੇ ਆ ਤੁਸੀਂ ਹੈਲੋ 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 ਭਾਜੀ ਠੀਕ ਠਾਕ ਜੀ ਠੀਕ ਹੈ ਜੀ ਤੁਸੀਂ ਸੁਣਾਓ ਜੀ ਹਾਂਜੀ ਤੇ ਤੁਹਾਡਾ ਪ੍ਰੋਗਰਾਮ ਬਹੁਤ ਸੋਹਣਾ ਚੱਲ ਰਿਹਾ ਇਸ ਵੇਲੇ ਬੜੀ ਮਿਹਰਬਾਨੀ ਤੇ ਅਸੀਂ 25 ਤਰੀਕ ਨੂੰ ਵੀ ਉੱਥੇ ਦੇਖਣ ਆਵਾਂਗੇ ਪ੍ਰੀਆ ਜੀ ਦੇ ਨਾਲ ਜੀ 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 ਤੇ ਮੈਂ ਤਾਂ ਜਿੱਦਾਂ ਮਿਸਟਰ ਕੂਰ ਨੂੰ ਅਸੀਂ ਚੰਗੀ ਤਰ੍ਹਾਂ ਬੈਠੇ ਇਕੱਠੇ ਬੈਠਦੇ ਉੱਠਦੇ ਅਸੀਂ ਨਹੀਂ ਵਾਹ ਜੀ ਵਾਹ ਜੀ ਤੇ ਤੁਸੀਂ ਚਾਰ ਕਲਾਬਸ ਨੂੰ ਜਿਹੜਾ ਨਵਾਂ ਗਾਣਾ ਨਹੀਂ ਆ ਜਿਹੜੇ ਰੁੱਖਾਂ ਵਾਂਗੂ ਖੜੇ ਰਹੇ ਹਾਂਜੀ ਹਾਂਜੀ ਉਹ ਜ਼ਰੂਰ ਸੁਣਾ ਦਿਓ ਪਲੀਜ਼ ਸੁਣਾਵਾਂਗੇ ਜੀ ਸੁਣਾ ਬਾਕੀ ਮੇਰੇ ਭਤੀਜੇ ਨੂੰ ਤੁਸੀਂ ਮੇਰੇ ਮੈਂ ਖਿਆਲ ਆਪਾਂ ਇੰਡੀਆ ਵਿੱਚ ਮਿਲੇ ਸੀਗੇ ਆਪਣਾ ਜਸਵਿੰਦਰ ਜੱਸੀ ਨੀ ਜਿਹੜਾ ਹਾਂਜੀ ਹਾਂਜੀ ਉਹ ਹੁਣ ਇਸ ਵੇਲੇ ਦੁਨੀਆ ਵਿੱਚ ਨਹੀਂ ਹਨਾ ਹਾਂਜੀ ਹਾਂਜੀ ਉਹਨਾਂ ਦੀ ਮੈਂ ਖਿਆਲ ਫਿਊਨਰਲ ਤੇ ਆਪਾਂ ਉੱਥੇ ਮਿਲੇ ਜੀ 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 ਬਿਲਕੁਲ ਮੇਰਾ ਭਤੀਜਾ ਗਿਆ ਸੀ ਉੱਥੇ ਹਨਾ ਹਾਂਜੀ ਹਾਂਜੀ ਹੁਣ ਵੀ ਮੇਰੇ ਨਾਲ ਬੈਠਾ ਕਹਿੰਦਾ ਵੀ ਚਲੋ ਠੀਕ ਹੈ ਗਾਣਾ ਜੀ ਮੈਂ ਜ਼ਰੂਰ ਸੁਣਾਵਾਂਗਾ ਜੀ ਹੋਰ ਬੌਬੀ ਜੀ ਜਾਣ ਤੋਂ ਪਹਿਲਾਂ ਸਾਨੂੰ ਦੱਸੋ ਤੁਹਾਨੂੰ ਸਾਬਰ ਕੋਟੀ ਜੀ ਦੇ ਹੋਰ ਕਿਹੜੇ ਸੌਂਗ ਪਸੰਦ ਆ ਜ਼ਿਆਦਾ ਜਿੰਨੇ ਵੀ ਇਹਨਾਂ ਦੇ ਸਾਰੇ ਗਾਏ ਆ ਸਾਰੀ ਦੀ ਜਿੱਦਾਂ ਕੋਈ ਨਾ ਕੋਈ ਮੀਨਿੰਗ ਹੈਗੀ ਗਾਣੇ ਦੇ ਵਿੱਚ ਹਾਂ ਬਹੁਤ ਮੀਨਿੰਗ ਹੈ ਨਾ ਜਿੱਦਾਂ ਉਹ ਹੰਝੂ ਵਾਲਾ ਸੌਂਗ ਜਿਹੜਾ ਹੁਣ ਲਾਇਆ ਸੀਗਾ ਤਾਰਾ ਅੰਬਰਾਂ ਤੇ ਕੋਈ ਕੋਈ ਕਿਉਂਕਿ ਸਾਡੀ ਕੋਸ਼ਿਸ਼ ਕੁਝ ਕੁ ਗਵਾਈਆਂ ਦੀ ਇਹ ਕੋਸ਼ਿਸ਼ ਹੈ ਕਿ ਪੰਜਾਬੀ ਜ਼ੁਬਾਨ ਜਿਹੜੀ ਹੈ ਬਹੁਤ ਅਮੀਰ ਵਿਰਸਾ ਸਾਡਾ ਪੰਜਾਬੀ ਤੇ ਕੁਝ ਕੁ ਗਵਈਏ ਐਸੇ ਆ ਗਏ ਨੇ ਅੱਜ ਕੱਲ੍ਹ ਉਹ ਸ਼ਾਇਰੀ ਨੂੰ ਹੋਰ ਪਾਸੇ ਨੂੰ ਲਈ ਜਾਂਦੇ ਨੇ ਗੋਲੀਆਂ ਬੰਦੂਕਾਂ ਹਥਿਆਰਾਂ ਵੱਲ ਨੂੰ ਜਦਕਿ ਜਿਹੜੀ ਸ਼ਾਇਰੀ ਆ ਤੁਹਾਨੂੰ ਪਤਾ ਕਿ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਜਿੰਨੇ ਵੀ ਸ਼ਬਦ ਨੇ ਉਹ ਰਾਗਾਂ ਦੇ ਆਧਾਰਿਤ ਨੇ ਔਰ ਇਸ ਗੱਲ ਤੋਂ ਆਈਡੀਆ ਲਾ ਲੈਣਾ ਚਾਹੀਦਾ ਕਿ ਸੰਗੀਤ ਕਿੱਡੀ ਵੱਡੀ ਚੀਜ਼ ਆ ਸੰਗੀਤ ਜਿਹੜਾ ਉਹ ਰੱਬ ਨੂੰ ਮਿਲਣ ਦਾ ਬੜਾ ਈਜ਼ੀ ਵੇ ਆ ਰੱਬ ਨੂੰ ਜੋੜਦਾ ਅਸੀਂ ਜਦੋਂ ਅਸੀਂ ਕੋਈ ਸੂਫੀ ਕਲਾਮ ਜਦੋਂ ਗਾਉਂਦੇ ਹਾਂ ਤਾਂ ਫਕੀਰ ਮੋਹਰੇ ਰੋ ਰਹੇ ਹੁੰਦੇ ਨੱਚ ਰਹੇ ਹੁੰਦੇ ਔਰ ਆਪਣੇ ਗਲਾਂ 'ਚੋਂ ਕੈਂਠੇ ਲਾ ਲਾ ਕੇ ਹੱਥਾਂ 'ਚੋਂ ਗੁਲਾਬੇ ਲਾ ਲਾ ਕੇ ਗਵਈਆਂ ਨੂੰ ਪਾ ਦਿੰਦੇ ਆ ਉਹ ਇਸ ਕਰਕੇ ਕਿ ਉਹਨਾਂ ਨੂੰ ਉਹ ਪਰਮਾਤਮਾ ਦੇ ਨਾਲ ਉਹ ਸੰਗੀਤ ਜਿਹੜਾ ਉਹਨਾਂ ਨੂੰ ਈਸ਼ਵਰ ਦੇ ਨਾਲ ਜੋੜਦਾ ਸੋ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਜੋ ਵੀ ਗਾਈਏ ਉਹਦੇ ਪਿੱਛੇ ਕੋਈ ਮੀਨਿੰਗ ਹੋਵੇ ਹੈ ਨਾ ਉਹਦੇ ਪਿੱਛੇ ਮੀਨਿੰਗ ਹੁੰਦੀ ਜਾਂ ਉਹਦਾ ਕੋਈ ਨਾ ਕੋਈ ਨਿਚੋੜ ਨਿਕਲਣਾ ਚਾਹੀਦਾ ਬਿਲਕੁਲ ਬਿਲਕੁਲ ਕਿਸੇ ਦੀ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਵੀ ਕਈ ਉਹ ਗੱਲਾਂ ਆ ਜਾਂਦੀਆਂ ਹਨ ਜੀ 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 ਉਸ ਇਨਸਾਨ ਨੂੰ ਉਹ ਚੀਜ਼ ਜਿਹਦਾ ਵੀ ਬਹੁਤ ਸ਼ਾਇਰੀ ਜਾਂ ਗਾਇਕੀ ਬਹੁਤ ਚੰਗੀ ਲੱਗਦੀ ਹੈ ਜੀ 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 Right, dosto, my thanks to Bobby for coming live on air and requesting a very popular, bahut inna da Sabar Koti da bahut popular song jada ke
ਮੌਸਮ ਵਾਂਗੂ ਬਦਲ ਗਿਆ। ਹੁਣ ਸਾਬਰਕੋਟ ਜੀ ਤੁਹਾਡੇ ਲਈ ਲਾਈਵ ਗਾ ਕੇ ਸਪੈਸ਼ਲੀ ਫੋਰ ਸਾਡੇ ਬੌਬੀ ਜੀ ਅਤੇ ਉਹਨਾਂ ਦੇ ਜਿੰਨੇ ਫਰੈਂਡ ਨਾਲ ਉਹਨਾਂ ਦੇ ਬਿਲਸਨ ਸੁਣ ਰਹੇ ਸੀ ਤਾਂ ਹੋਰ ਵੀ ਜਿੰਨੇ ਸਾਡੇ ਸਾਰੇ ਲਿਸਨਰ ਇਸ ਵੇਲੇ ਅੰਬਰ ਰੇਡੀਓ ਨੂੰ ਸੁਣ ਰਹੇ। ਲਓ ਜੀ ਸਾਬਰਕੋਟ ਜੀ ਲਾਈਵ ਇਨ ਦ ਸਟੂਡੀਓ। ਸੋਚਿਆ ਨਾ ਦਿਲ ਲਾਉਣ ਤੋਂ ਪਹਿਲਾਂ ਆਪਣਾ ਆਪ ਗਵਾਉਣ ਤੋਂ ਪਹਿਲਾਂ ਸੋਚਿਆ ਨਾ ਦਿਲ ਲਾਉਣ ਤੋਂ ਪਹਿਲਾਂ ਆਪਣਾ ਆਪ ਗਵਾਉਣ ਤੋਂ ਪਹਿਲਾਂ ਅਸੀਂ ਬੇਸਮਝੇ ਦਿਲ ਲਾ ਕੇ ਹੋਏ ਬੇਸਮਝੇ ਦਿਲ ਲਾ ਕੇ ਦਿਲ 'ਤੇ ਅੜੇ ਰਹੇ ਉਹ ਮੌਸਮ ਵਾਂਗੂ ਬਦਲ ਗਏ ਜੀ ਅਸੀਂ ਰੁੱਖਾਂ ਵਾਂਗੂ ਖੜੇ ਰਹੇ ਉਹ ਮੌਸਮ ਵਾਂਗੂ ਬਦਲ ਗਏ ਜੀ ਅਸੀਂ ਰੁੱਖਾਂ ਵਾਂਗੂ ਖੜੇ ਰਹੇ ਇਸ਼ਕ ਦੇ ਫਾਟੇ ਅਵੱਲੇ ਨੇ ਅਸੀਂ ਬੜੇ ਲੁਕਾਏ ਲੁਕਦੇ ਨਹੀਂ ਇਸ਼ਕ ਦੇ ਫਾਟੇ ਅਵੱਲੇ ਨੇ ਬੜੇ ਲੁਕਾਏ ਲੁਕਦੇ ਨਹੀਂ ਪਿੰਡ ਪੁਰਵਾਲ ਦੇ ਸ਼ਾਇਰ ਓਏ ਅਸੀਂ ਮੁੱਕ ਚੱਲੇ ਗਮ ਮੁੱਕਦੇ ਨਹੀਂ ਦੋ ਨੈਣਾਂ ਦੇ ਸਾਗਰ ਗਏ ਦੋ ਨੈਣਾਂ ਦੇ ਸਾਗਰ ਹਰ ਪਲ ਹੜੇ ਰਹੇ ਮੌਸਮ ਵਾਂਗੂ ਬਦਲ ਗਏ ਜੀ ਅਸੀਂ ਰੁੱਖਾਂ ਵਾਂਗੂ ਖੜੇ ਰਹੇ ਉਹ ਮੌਸਮ ਵਾਂਗੂ ਬਦਲ ਗਏ ਜੀ ਅਸੀਂ ਰੁੱਖਾਂ ਵਾਂਗੂ ਖੜੇ ਰਹੇ ਉਹ ਮੌਸਮ ਵਾਂਗੂ ਬਦਲ ਗਏ ਜੀ ਅਸੀਂ ਰੁੱਖਾਂ ਵਾਂਗੂ ਖੜੇ ਰਹੇ ਹੋ ਵੈਰੀ ਨਾਈਸ ਬਹੁਤ ਵਧੀਆ ਜੀ ਬਹੁਤ ਵਧੀਆ ਐਬਸੋਲੂਟਲੀ ਫੈਂਟੈਸਟਿਕ ਸਾਬਰਕੋਟੀ ਜੀ ਜਿਹੜਾ ਗੁੱਡ ਆਰਟਿਸਟ ਹੁੰਦਾ ਸਾਬਰ ਜੀ ਜਦੋਂ ਲਾਈਵ ਗਾਉਂਦਾ ਨਾ ਤੁਹਾਨੂੰ ਸਟੇਟ ਵੇ ਪਤਾ ਲੱਗ ਜਾਂਦਾ ਹਾਂਜੀ ਲਾਈਵ ਸਿੰਗਿੰਗ ਜਿਹੜੀ ਹਰੇਕ ਨਹੀਂ ਗਾ ਸਕਦਾ ਜੀ ਓਨਲੀ ਰੀਅਲ ਜੈਨੂਇਨ ਆਰਟਿਸਟ ਗਾ ਸਕਦਾ ਇਹ ਐਕਚੁਲੀ ਮਾਲਕ ਦਾ ਕਰਮ ਔਰ ਸਰੋਤਿਆਂ ਦੀਆਂ ਦੁਆਵਾਂ ਜਿਹੜੀਆਂ ਨੇ ਜੀ ਉਹ ਗਵਈਏ ਨੂੰ ਹਮੇਸ਼ਾ ਜ਼ਿੰਦਾ ਰੱਖਦੀਆਂ ਨੇ ਹਮੇਸ਼ਾ ਉਹਨੂੰ ਗਵਾਉਂਦੀਆਂ ਨੇ ਅਦਰਵਾਈਜ਼ ਗਾਣਾ ਵਜਾਉਣਾ ਤਾਂ ਆਪਣੇ ਆਪ 'ਚ ਬਹੁਤ ਮੁਸ਼ਕਲ ਜੋਬ ਹੈ ਹੈ ਨਾ ਹਾਰਡ ਜੋਬ ਹੈ ਹਾਂਜੀ ਪਰ ਇਹ ਸੁਣਨ ਵਾਲੇ ਜਿਹੜੇ ਨੇ ਮੈਂ ਅਕਸਰ ਉਹਨਾਂ ਲਈ ਸ਼ੇਰ ਇੱਕ ਪੜ੍ਹਿਆ ਕਰਦਾ ਕਿ ਹਮਨੇ ਫੂਲੋਂ ਕੋ ਛੂਆ ਤੋ ਮੁਰਝਾ ਕਰ ਖਾਰ ਹੋ ਗਏ ਹਾਂਜੀ ਹਮਨੇ ਫੂਲੋਂ ਕੋ ਛੂਆ ਹਾਂਜੀ ਤੋ ਮੁਰਝਾ ਕਰ ਖਾਰ ਹੋ ਗਏ ਆਪਨੇ ਕਾਂਟੋਂ ਪੇ ਕਦਮ ਰੱਖਾ ਤੋ ਗੁਲਿਸਤਾਨ ਕਰ ਦਿਆ ਜੀ ਜੀ ਇਹ ਸਭ ਸੁਣਨ ਵਾਲਿਆਂ ਦੀ ਮੁਹੱਬਤ ਹੈ ਅਦਰਵਾਈਜ਼ ਮੈਂ ਪਹਿਲਾਂ ਵੀ ਅਰਜ਼ ਕੀਤਾ ਕਿ ਕੌਣ ਗਾ ਸਕਦਾ ਅਤੇ ਇਹ ਗਵਾਉਂਦਾ ਤਾਂ ਆਪੇ ਹੀ ਹੈ ਮਾਲਕ ਗਵਾਉਣ ਵਾਲਾ ਨਹੀਂ ਜੀ ਬਹੁਤ ਹੀ ਬਹੁਤ ਵਧੀਆ ਸਾਹਿਬ ਜੀ ਬਹੁਤ ਵਧੀਆ ਤਾਂ ਸਾਹਿਬ ਜੀ ਇੱਕ ਨਾ ਸੌਂਗ ਮੈਂ ਸੁਣਿਆ ਸੀਗਾ ਉਹਦਾ ਟਾਈਟਲ ਹੈਗਾ ਗੱਲਾਂ ਤਾਰਿਆਂ ਨਾਲ ਕਰਦੇ ਹਾਂ ਉਹ ਵੀ ਬਹੁਤ ਕਮਾਲ ਦਾ ਸੌਂਗ ਹੈ ਉਹ ਵੀ ਸੁਣਾਇਓ ਤਾਂ ਨਾਲੇ ਥੋੜ੍ਹੀ ਉਹਦੇ ਬੜੀ ਬੈਕਗਰਾਊਂਡ ਦੱਸਿਓ ਸੌਂਗ ਬਾਰੇ ਉਹ ਗੀਤ ਇੱਕ ਅਸੀਂ ਐਲਬਮ ਕੀਤੀ ਸੀਗੀ ਤਨਹਾਈਆਂ ਅੱਛਾ ਜੀ ਔਰ ਉਹਦੇ ਵਿੱਚ 8 ਦੇ 8 ਹੀ ਜਿਹੜੇ ਉਹ ਸੈਡ ਸੌਂਗ ਸੀਗੇ ਰਾਈਟ ਜਦੋਂ ਅਸੀਂ ਉਹ ਕਰ ਰਹੇ ਸੀ ਐਲਬਮ ਅਤੇ ਕੰਪਨੀ ਜਿਹੜੇ ਪ੍ਰੋਡਿਊਸਰ ਸੀਗੇ ਉਹ ਥੋੜ੍ਹਾ ਡਰਦੇ ਸੀਗੇ ਕਿ ਪਤਾ ਨਹੀਂ ਇਹ ਸਾਰੀ ਸੈਡ ਟੇਪ ਹੈ ਚੱਲੇਗੀ ਜਾਂ ਨਹੀਂ ਹਾਂਜੀ ਔਰ ਉਸ ਟੇਪ ਨੇ ਮਤਲਬ ਕਮਾਲ ਦਾ ਉਹਨੇ ਉਹਦੀ ਪਰਫਾਰਮੈਂਸ ਰਹੀ ਲੋਕਾਂ ਨੇ ਸੁਣੀ ਔਰ ਹਰ ਇੱਕ ਗੀਤ ਨੂੰ ਮੁਹੱਬਤ ਦਿੱਤੀ ਹਰ ਗੀਤ ਸੁਣਿਆ ਗਿਆ ਉਸ ਐਲਬਮ ਦਾ ਅਤੇ ਉਹਦੇ 'ਚ ਇਹ ਜਿਹੜੇ ਗੀਤ ਦਾ ਤੁਸੀਂ ਜ਼ਿਕਰ ਕਰ ਰਹੇ ਹੋ ਇਹ ਗੀਤ ਮੈਂ ਥੋੜ੍ਹਾ ਜਿਹਾ ਸੁਣਾ ਦਿੰਦਾ ਜ਼ਰੂਰ ਸੁਣਾਇਓ ਜੀ ਹਾਂਜੀ ਜ਼ਰੂਰ ਸੁਣਾ ਗੱਲਾਂ ਤਾਰਿਆਂ ਨਾ ਕਰਦੇ ਹਾਂ 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 ਕਿਹੜਾ ਕਿਹੜਾ ਦੁੱਖ ਦੱਸੀਏ ਨਿਤ ਜੀ ਜੀ ਮਰਦੇ ਹਾਂ ਨਿਤ ਜੀ ਜੀ ਮਰਦੇ ਹਾਂ ਨਿਤ ਜੀ ਜੀ ਮਰਦੇ ਹਾਂ ਹੋ
दिल दी निचोड़ गए रत 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 दिल दी निचोड़ गए बेड़ी दा मला बन के सानू हत्थी रोड़ गए 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 ਬਹੁਤ ਹੀ ਵਧੀਆ ਜੀ ਦੋਸਤੋ ਤੁਸੀਂ ਸੁਣ ਰਹੇ ਹਾਂ ਸਾਬਰ ਕੋਟੀ ਜੀ ਨੂੰ ਲਾਈਵ ਹੇਅਰ ਔਨ ਦ ਡਰਾਈਵ ਟਾਈਮ ਸ਼ੋ ਔਨ ਅੰਬਰ ਰੇਡੀਓ ਸੋ ਵੀ ਬੀ ਬੈਕ ਜਸਟ ਆਫਟਰ ਦੀਜ਼ ਮੈਸੇਜਸ 24 ਆਵਰਸ ਅ ਡੇ 103.6 ਐਫਐਮ ਅੰਬਰ ਰੇਡੀਓ ਤਾਰਾ ਅੰਬਰਾ ਤੇ ਕੋਈ ਕੋਈ ਤਾਰਾ ਅੰਬਰਾ ਤੇ ਕੋਈ ਕੋਈ ਅੰਬਰ ਰੇਡੀਓ ਬੜੇ ਮਾਣ ਨਾਲ ਪੇਸ਼ ਕਰਦੇ ਨੇ ਐਨੂਅਲ ਇਵੈਂਟ ਪੰਜਾਬ ਦੀ ਉਹ ਸੁਰੀਲੀ ਆਵਾਜ਼ ਪੰਜਾਬ ਦਾ ਉਹ ਸੁਰੀਲਾ ਗਾਇਕ ਲਾਈਵ ਇਨ ਕਨਸਰਟ ਵਰਲਡ ਕਲਾਸੀਕਲ ਸੂਫੀ ਸਿੰਗਰ ਸਾਬਰ ਕੋਟੀ ਇੱਕ ਸ਼ਾਮ ਮਨੋਰੰਜਨ ਦੇ ਨਾਮ ਐਨ ਈਵਨਿੰਗ ਫੁੱਲ ਆਫ ਐਂਟਰਟੇਨਮੈਂਟ ਵਿਦ ਅਦਰ ਲੋਕਲ ਆਰਟਿਸਟ ਦੇਵ ਢਿੱਲੋਂ ਜਿਨ ਐਂਡ ਸ਼ੀਤਲ ਸਾਜ਼ੀ ਜੱਜ ਪ੍ਰੇਮੀ ਜੋਹਰ ਟੋਲ ਰੈਜੀਮੈਂਟ ਅਤੇ ਹੋਰ ਵੀ ਬਹੁਤ ਕੁਛ ਅੰਬਰ ਰੇਡੀਓ ਪੇਸ਼ ਕਰਦੇ ਨੇ ਫੈਮਿਲੀ ਇਵੈਂਟ ਅਗਸਤ 2012 ਨੂੰ ਵੈਨਿਊ ਟਾਵਰ ਬਾਲਰੂਮ ਰੈਜ਼ਵਾ ਰੋਡ ਬਰਮਿੰਗਮ ਟਿਕਟਾਂ ਅਤੇ ਹੋਰ ਜਾਣਕਾਰੀ ਦੇ ਲਈ ਫੋਨ ਕਰੋ ਅੰਬਰ ਰੇਡੀਓ ਤੇ 01922621016 ਅਤੇ 01922722815 ਤੇ Driving you home, Amber Radio. Right, dosto, you're listening to the Drive Time. Just extended the program, thoda jaha lamba program kar liya, Sabar ji karke thoda jaha late shuru hoye si. To apna isse tarah program jari rakhna takriban 6:15 baje tak. Right, Sabar ji, once again, thonu ek vari fair welcome to Amber Radio kehne. Bahut meharbani ji, thank you. Acha, Sabar ji, ਤੁਸੀਂ ਇੰਗਲੈਂਡ ਵਿੱਚ ਅੱਗੇ ਕਿੰਨੀ ਵਾਰੀ ਆਏ ਹੋ ਪਹਿਲੀ ਵਾਰੀ ਆਏ ਕਿ ਅੱਗੇ ਵੀ ਆਏ ਨਹੀਂ ਜੀ ਮੈਂ ਫਸਟ ਟਾਈਮ ਆਇਆ ਸੀ ਇਨ 98 ਅੱਛਾ ਜੀ ਉਸ ਤੋਂ ਬਾਅਦ ਲਗਾਤਾਰ ਮੈਂ ਐਵਰੀ ਈਅਰ ਆਉਂਦਾ ਰਿਹਾ ਅੱਛਾ 2005 ਤੋਂ ਬਾਅਦ ਮੈਂ ਹੁਣ 7 ਸਾਲ ਦੇ ਵਕਫੇ ਬਾਅਦ ਆਇਆ ਓਕੇ ਜੀ ਅੱਛਾ ਜੀ ਵੈਰੀ ਗੁੱਡ ਵੈਰੀ ਗੁੱਡ ਅੱਛਾ ਤਾਂ ਉੱਦਾਂ ਹੋਰ ਤੁਸੀਂ ਮੇਰਾ ਖਿਆਲ ਕਾਫੀ ਕੰਟਰੀਆਂ 'ਚ ਤੁਸੀਂ ਯੂ ਨੋ ਪਰਫੋਰਮ ਕਰ ਚੁੱਕੇ ਆ ਜੀ ਦੱਸਾਂਗੇ ਸਾਨੂੰ ਲਿਸਨਰ ਨੂੰ ਕਿਹੜੀ ਕਿਹੜੀ ਕੰਟਰੀ ਤੁਸੀਂ ਗਏ ਤਾਂ ਕਿੱਥੇ ਜ਼ਿਆਦਾ ਥਾਂ ਚੱਲੇ ਜ਼ਿਆਦਾ ਕੈਨੇਡਾ ਅਮਰੀਕਾ ਅੱਛਾ ਜੀ ਤੇ ਇੰਗਲੈਂਡ ਇੱਥੇ ਪਰਫੋਰਮ ਕੀਤਾ ਵੈਸੇ ਉਦਾਂ ਘੁੰਮਣ ਫਿਰਨ ਲਈ ਤਾਂ 2-4 ਜਗ੍ਹਾ ਹੋਰ ਵੀ ਉਹਦਾ ਤੁਹਾਨੂੰ ਕਿੱਦਾਂ ਲੱਗਦਾ ਯਾਨੀ ਕੈਨੇਡਾ ਅਮਰੀਕਾ ਕਿੱਦਾਂ ਲੱਗਾ ਕਾਫੀ ਰਿਸਪੌਂਸ ਉੱਥੇ ਬਹੁਤ ਬਹੁਤ ਮੁਹੱਬਤ ਹੁੰਦੀ ਹੈ ਜੀ ਕਿਉਂਕਿ ਜਿਹੜੇ ਲਿਸਨਰ ਨੇ ਜਿਹੜੇ ਆਪਣੇ ਵਤਨ ਤੋਂ ਦੂਰ ਬੈਠੇ ਨੇ ਹਾਂਜੀ ਉਹਨਾਂ ਦੀ ਸਮੱਸਿਆ ਇਹ ਹੁੰਦੀ ਹੈ ਕਿ ਇੱਥੇ ਐਵਰੀਬਾਡੀ ਬਿਜ਼ੀ ਕੰਮ ਦਾ ਕਰਕੇ ਜੀ ਜੀ ਅਤੇ ਉਹਨਾਂ ਕੋਲ ਇੰਟਰਟੇਨ ਵਾਸਤੇ ਮੌਕਾ ਹੀ ਨਹੀਂ ਹੁੰਦਾ ਟਾਈਮ ਹੀ ਨਹੀਂ ਹੁੰਦਾ ਸਹੀ ਫਿਰ ਜਦੋਂ ਫਿਰ ਕੋਈ ਗਵੱਈਆ ਜਾਂਦਾ ਆ ਅਤੇ ਉਹ ਗਵੱਈਏ ਨੂੰ ਲੋਕ ਸੁਣ ਜਾਂਦੇ ਆ ਮੁਹੱਬਤ ਦਿੰਦੇ ਉਹਨੂੰ ਕਿਉਂਕਿ ਇੰਡੀਆ ਦੇ ਅੰਦਰ ਤਾਂ ਐਵਰੀਵੇਅਰ ਤੁਸੀਂ ਐਵਰੀ ਡੇ ਕੋਈ ਨਾ ਕੋਈ ਮੇਲਾ ਦੇਖੋ ਕਿਤੇ ਕਲਾਕਾਰ ਮਿਲ ਜਾਂਦਾ ਦੇਖਣ ਨੂੰ ਹਾਂਜੀ ਲੇਕਿਨ ਇੱਥੇ ਥੋੜ੍ਹਾ ਜਿਹਾ ਇਹ ਹੈ ਕਿ ਫਿਰ ਕਦੇ ਕਦੇ ਜਦੋਂ ਗਵੱਈਆ ਆਉਂਦਾ ਕੋਈ ਤਾਂ ਸਰੋਤੇ ਉਹਨੂੰ ਪਿਆਰ ਕਰਦੇ ਜੀ ਜੀ ਤਾਂ ਅੱਛਾ ਸਾਹਿਬ ਜੀ ਇੱਕ ਮੇਰੇ ਤੁਹਾਡੀ ਨਵੀਂ ਐਲਬਮ ਨਿਕਲੀ ਆ ਹਾਂਜੀ ਸੋਹਾਂ ਹਾਂਜੀ ਉਹ ਰਿਲੀਜ਼ ਹੋਣੀ ਹੈ ਜੀ ਅਜੇ ਹੋਈ ਨਹੀਂ ਹੈ ਹਾਂਜੀ ਹੋਣ ਵਾਲੀ ਤਾਂ ਉਹ 'ਚ ਵੀ ਮੇਰਾ ਖਿਆਲ 8 ਟਰੈਕਸ ਹਨ ਨਵੀਂ ਐਲਬਮ ਹਾਂਜੀ 8 ਗਾਣੇ ਉਹਦੇ 'ਚ ਵੀ ਤਾਂ ਉਹ 'ਚ ਵੀ ਯੂ ਨੋ ਜਿੱਦਾਂ ਤੁਸੀਂ ਕਾਫੀ ਮੇਰਾ ਖਿਆਲ ਵਰਾਇਟੀ ਹੈ ਨਾ ਜੀ ਮੈਂ ਉਹ 'ਚ ਹਰ ਤਰ੍ਹਾਂ ਦੇ ਗੀਤ ਗਾਏ ਆ ਪਾਰਟੀ ਸੌਂਗਸ ਵੀ ਨੇ ਸੈਡ ਸੌਂਗ ਵੀ ਨੇ ਇੱਕ ਉਹਦੇ 'ਚ ਗੀਤ ਗਾਇਆ ਮੈਂ ਆਪਣੇ ਪਰਦੇਸੀ ਭਰਾਵਾਂ ਲਈ ਉਹ ਸੁਣਾਉਣਾ ਦੁੱਖ ਦੋਵੇਂ ਪਾਸੇ ਡਾਡਾ ਪਿਆਰ ਖੇਰੂ ਖੇਰੂ ਸਾਡਾ
दुख दोवें पासे डाडा प्यार खेरू खेरू साडा ढल राते पौंडा दे लालच दे विच लपने लई सोना दे गवा बैठे चांदी परदेसी बैठे पुत्रां दे वतना च मापियां दे हंजू अते लाली नहीं ओ अखियां चो जांदी परदेसी बैठे पुत्रां दे वतना च मापियां दे हंजू अते लाली नहीं ओ अखियां चो जांदी परदेसी बैठे पुत्रां दे ਬਹੁਤ ਹੀ ਵਧੀਆ ਜੀ, ਬਹੁਤ ਹੀ ਵੈਰੀ ਨਾਈਸ ਸਾਬਰ ਜੀ. ਤਾਂ ਉੱਦਾਂ ਸਾਬਰ ਜੀ, ਆਊਟਸਾਈਡ ਆਫ ਸਿੰਗਿੰਗ ਤੁਹਾਡੇ ਕੀ ਇੰਟਰਸਟ ਹੈ? ਵਾਟ ਸੋਰਟ ਆਫ ਥਿੰਗਸ ਯੂ ਲਾਈਕ ਡੂਇੰਗ ਇਨ ਯੋਰ ਸਪੇਅਰ ਟਾਈਮ? ਹਾਂਜੀ, ਜਦੋਂ ਮੈਂ ਫ੍ਰੀ ਹੋਵਾਂ ਜੀ, ਕੋਸ਼ਿਸ਼ ਹੁੰਦੀ ਹੈ ਵੀ ਚੰਗਾ ਗਾਣਾ ਸੁਣਿਆ ਜਾਵੇ ਜਾਂ ਚੰਗੀਆਂ ਬੁੱਕਸ ਮਿਲ ਜਾਂਦੀਆਂ ਤੇ ਉਹ ਪੜ੍ਹੀਆਂ ਜਾਣ, ਮੇਰੇ ਇਹ ਸ਼ੌਕ ਨੇ. ਤੇ ਤੁਸੀਂ ਸੌਂਗ ਕਦੇ ਲਿਖੇ? ਸੌਂਗ ਲਿਖਣ ਦਾ ਵੀ ਸ਼ੌਕ ਹੈਗਾ? ਨਹੀਂ, ਮੈਂ ਲਿਖਿਆ ਨਹੀਂ ਕਦੀ. ਸ਼ਾਇਰੀ ਮੈਂ ਸਿੱਖੀ ਜ਼ਰੂਰ ਹੈ ਜੀ, ਔਰ ਸਿੱਖੀ ਇਸ ਕਰਕੇ ਹੈ ਕਿ ਇੱਕ ਜਿਹੜਾ ਗਵੱਈਆ ਉਹਨੂੰ ਪਹਿਲਾਂ ਜਿਹੜੇ ਉਹ ਗੀਤ ਨੂੰ ਗਾ ਰਿਹਾ ਜੀ, ਉਹਦੇ ਲਫਜ਼ ਜਾਂ ਉਹਦਾ ਜੋ ਉਹਦੇ ਭਾਵ ਨੇ ਉਹ ਸਮਝ ਆਉਣੇ ਚਾਹੀਦੇ ਜੀ, ਤੇ ਉਹ ਤੁਹਾਨੂੰ ਤਾਂ ਹੀ ਸਮਝ ਆ ਸਕਦੀ ਹੈ ਜੇ ਤੁਹਾਨੂੰ ਸ਼ਾਇਰੀ ਬਾਰੇ ਨੌਲੇਜ ਹੈ, ਜੇ ਤੁਸੀਂ ਸ਼ਾਇਰੀ ਸਿੱਖੀ ਹੈ. ਅੱਜ ਕੱਲ੍ਹ ਲੋਕ ਐਵੇਂ ਹੀ ਸ਼ਾਇਰ ਬਣ ਜਾਂਦੇ ਆ, ਕਾਗਜ਼ ਚੱਕੋ ਪੈੱਨ ਚੱਕੋ ਤੇ ਸ਼ਾਇਰ ਬਣ ਗਏ. ਪਰ ਅਸੀਂ ਬਜ਼ੁਰਗਾਂ ਕੋਲੋਂ ਇਹ ਚੀਜ਼ਾਂ ਸਿੱਖੀਆਂ ਵੀ ਜਦੋਂ ਵੀ ਕਿਸੇ ਫੀਲਡ 'ਚ ਵੀ ਜਾਈਏ ਤਾਂ ਸਿੱਖ ਕੇ ਆਉਣਾ ਚਾਹੀਦਾ, ਪਰਫੈਕਟ ਹੋ ਕੇ ਆਉਣਾ ਚਾਹੀਦਾ. ਹਾਲਾਂਕਿ ਬੰਦਾ ਕਦੇ ਪਰਫੈਕਟ ਨਹੀਂ ਹੁੰਦਾ, ਪਰ ਤੁਸੀਂ ਆਪਣੇ ਅੰਦਰ, ਤੁਹਾਡੇ ਅੰਦਰ ਇੱਕ ਕੌਨਫੀਡੈਂਸ ਹੋਣਾ ਜ਼ਰੂਰੀ ਹੈ. ਔਰ ਕੌਨਫੀਡੈਂਸ ਜਿਹੜਾ ਉਹ ਗੁਰੂ, ਚੰਗਾ ਗੁਰੂ ਹੀ ਦੇ ਸਕਦਾ ਜੀ. ਕਿਉਂਕਿ ਬਜ਼ੁਰਗਾਂ ਨੇ ਕਿਹਾ ਵੀ ਜਿਹੜਾ ਗੁਰੂ ਹੈ, ਗੁਰੂ ਦਾ ਮਤਲਬ ਹੈ, ਇਹ ਦੋ ਲਫਜ਼ਾਂ ਤੋਂ ਬਣਿਆ, ਗੁਰੂ ਲਫਜ਼, ਗੁਰੂ ਪਲੱਸ ਰੂਹ, ਗੁਰੂ ਮਤਲਬ ਹਨੇਰਾ ਤੇ ਰੂਹ ਮਤਲਬ ਪ੍ਰਕਾਸ਼. ਜਿਹੜਾ ਗੁਰੂ ਹੈ ਉਹ ਤੁਹਾਨੂੰ ਹਨੇਰੇ 'ਚੋਂ ਪ੍ਰਕਾਸ਼ ਵੱਲ ਲੈ ਜਾਂਦਾ ਜੀ. ਸੋ ਇਸ ਕਰਕੇ ਮੈਂ ਸ਼ਾਇਰੀ ਇਸ ਕਰਕੇ ਸਿੱਖੀ ਕਿਉਂਕਿ ਜਿਹੜਾ ਤਲਫਜ਼ ਹੈ ਤੁਹਾਡਾ, ਜਿਹਨੂੰ ਪ੍ਰੋਨਾਂਸੀਏਸ਼ਨ ਕਹਿੰਦੇ ਹਾਂ ਅਸੀਂ, ਹਾਂਜੀ, ਜੇ ਉਹ ਠੀਕ ਨਹੀਂ ਤਾਂ ਫਿਰ ਗਵੱਈਆ ਕਿਸੇ ਕੰਮ ਦਾ ਨਹੀਂ, ਜਿੰਨਾ ਮਰਜ਼ੀ ਤਿਆਰੀ ਨਾਲ ਗਾਈ ਜਾਵੇ ਜੋ ਮਰਜ਼ੀ. ਜੀ ਜੀ, ਜਿਹੜਾ ਤਲਫਜ਼ ਹੈ ਉਹ ਫਸਟ ਆਫ ਆਲ ਤੁਹਾਡਾ ਤਲਫਜ਼ ਜਿਹੜਾ ਉਹ ਸਹੀ ਹੋਣਾ ਚਾਹੀਦਾ ਜੀ ਜੀ. ਅੱਛਾ, ਹੁਣ ਤੁਸੀਂ ਜਿੱਦਾਂ ਜਿਸਾ ਤੁਸੀਂ ਵਰਾਇਟੀ ਆਫ ਸੌਂਗ, ਜਿਹੜਾ ਤੁਸੀਂ ਦੂਏ ਤਰ੍ਹਾਂ ਦੇ ਸੌਂਗ ਵੀ ਗਾਏ ਹੈ ਜੀ, ਤੁਸੀਂ ਸੈਡ ਸੌਂਗ ਵੀ ਗਾਏ ਆ, ਤਾਂ ਜਿਹੜਾ ਤੁਸੀਂ ਆਪਾਂ ਅੱਗੇ ਗੱਲ ਕਰ ਰਹੇ ਸੀ, ਜਿਹੜਾ ਤੁਸੀਂ ਜਿਹੜੀ ਸਾਡੀ ਫਰਮਾਇਸ਼ 'ਤੇ ਜਿਹੜਾ ਮਹਿੰਦੀ ਲਾ ਦਾ ਗਾਣਾ ਸੀ ਨਾ, ਜਿਹੜਾ ਤੁਸੀਂ ਕਹਿੰਦੇ ਬਹੁਤ ਹੀ ਜਾਣੀ ਇਹਦਾ ਯੂ ਨੋ ਬਹੁਤ ਪਲੇ ਕਰਦੇ ਆ, ਉਹਦੇ ਬਾਰੇ ਥੋੜ੍ਹਾ ਦੱਸੋ ਨਾ. ਉਹਦੇ ਵੀ ਦੋ ਵਰਡ ਸਾਨੂੰ ਸੁਣਾ ਦਿਓ ਜੀ, ਉਹ ਵੀ ਬਹੁਤ ਪਾਪੂਲਰ ਸੀ. ਉਹ ਬਿਲਕੁਲ ਜੀ ਬਿਲਕੁਲ, ਉਹ ਸਾਡੇ ਨਾਂ ਦੀ ਮਹਿੰਦੀ ਲਾ. ਹਾਂਜੀ ਹਾਂ, ਸਾਡੀ ਫਰਮਾਇਸ਼ 'ਤੇ. ਹਾਂਜੀ, ਸਾਡੇ ਨਾਂ ਦੀ ਮਹਿੰਦੀ ਲਾ, ਪਤਲਾ ਜੇ ਅਲੱਗ ਹੀ ਲਾ, ਸਾਡੇ ਨਾਂ ਦੀ ਮਹਿੰਦੀ ਲਾ, ਸਾਡੀ ਫਰਮਾਇਸ਼ ਤੇ. ਸਾਡੇ ਨਾਂ ਦੀ ਮਹਿੰਦੀ ਲਾ, ਸਾਡੀ ਫਰਮਾਇਸ਼ ਤੇ, ਕਿ ਤੂੰ ਸੂਟ ਪੰਜਾਬੀ ਪਾ, ਤੂੰ ਸੂਟ ਪੰਜਾਬੀ ਪਾ, ਸਾਡੀ ਫਰਮਾਇਸ਼ ਤੇ. ਸਾਡੇ ਨਾਂ ਦੀ ਮਹਿੰਦੀ ਲਾ, ਸਾਡੀ ਫਰਮਾਇਸ਼ ਤੇ, ਸਾਡੇ ਨਾਂ ਦੀ ਮਹਿੰਦੀ ਲਾ, ਸਾਡੀ ਫਰਮਾਇਸ਼ ਤੇ. ਬਹੁਤ ਵਧੀਆ ਜੀ. ਅੱਛਾ, ਇਹ ਸੌਂਗ ਬਾਰੇ ਜਾਣੀ ਇਹ ਕਿੱਦਾਂ, ਇਹਦੀ ਤੁਹਾਨੂੰ ਕਿੱਦਾਂ ਜਾਣੀ ਤੁਹਾਡੇ ਜਾਣੀ ਇਹ ਸੌਂਗ ਕਿੱਦਾਂ ਪਹੁੰਚਿਆ ਸੀ ਤੁਹਾਡੇ ਲਈ ਗਾਉਣ ਲਈ? ਇਹ ਗੀਤ ਕਾਫੀ ਸਾਲ ਪਹਿਲਾਂ ਉੱਧਰਲੇ ਪੰਜਾਬ 'ਚ, ਪਾਕਿਸਤਾਨ ਵਾਲੇ ਪੰਜਾਬ 'ਚ ਰਿਕਾਰਡ ਹੋਇਆ ਸੀ. ਅੱਛਾ. ਔਰ ਸ਼ੌਕਤ ਅਲੀ ਸਾਹਿਬ ਨੇ ਗਾਇਆ ਸੀ ਇਸ ਗੀਤ ਨੂੰ. ਓਕੇ. ਅਤੇ ਜਦੋਂ ਅਸੀਂ ਇਹ ਟੇਪ ਕੀਤੀ ਫਰਮਾਇਸ਼, ਅਤੇ ਇਹ ਗਾਣਾ ਜਦੋਂ ਮੈਂ ਸਟੂਡੀਓ ਡਬਿੰਗ ਲਈ ਪਹੁੰਚਿਆ, ਮੈਨੂੰ ਉੱਥੇ ਜਾ ਕੇ ਪਤਾ ਲੱਗਿਆ ਕਿ ਆਹ ਗਾਣਾ, ਮੈਂ ਕਿਹਾ ਯਾਰ ਇਹ ਤਾਂ ਗਾਣਾ ਖਾਨ ਸਾਹਿਬ ਨੇ ਗਾਇਆ ਹੋਇਆ ਪਹਿਲਾਂ. ਅੱਛਾ. ਅਤੇ ਉਹ ਫਿਰ ਕਹਿੰਦੇ ਕਿ ਸਾਡੀ ਟੀਮ ਦਾ ਕੋਈ ਮਿਊਜ਼ਿਕ ਡਾਇਰੈਕਟਰ, ਜਿੱਦਾਂ ਗੁਰਮੀਤ ਸਿੰਘ ਹੋਣਾ ਨੇ ਮਿਊਜ਼ਿਕ ਕੀਤਾ, ਉਹ ਕਹਿੰਦੇ ਸਾਡੀ ਟੀਮ ਦਾ ਕੋਈ ਮੈਂਬਰ ਸੀ ਅਤੇ ਉਹਨੂੰ ਇਹ ਗੀਤ ਪਸੰਦ ਬਹੁਤ ਸੀ, ਅਤੇ ਫਿਰ ਉਹਦੀ ਪਸੰਦ ਕਰਕੇ ਉਹ ਗਾਣਾ ਰਿਕਾਰਡ ਕੀਤਾ, ਔਰ ਲੋਕਾਂ ਨੇ ਉਹਨੂੰ ਸਿਰ ਅੱਖਾਂ 'ਤੇ ਰੱਖ ਲਿਆ, ਪਸੰਦ ਆਇਆ ਲੋਕਾਂ ਨੂੰ ਬਹੁਤ ਸੁਣਿਆ. ਕਿਉਂਕਿ ਖਾਨ ਸਾਹਿਬ ਦਾ ਗਾਣਾ ਜਿਹੜਾ ਉਹ ਇੰਡੀਆ 'ਚ ਨਹੀਂ ਇੰਨਾ ਸੁਣਿਆ ਗਿਆ, ਪਾਕਿਸਤਾਨ 'ਚ ਬਹੁਤ ਹਿੱਟ ਰਿਹਾ ਉਹ ਜੀ. ਅਤੇ ਜਦੋਂ ਇਹ ਗਾਣਾ ਰਿਲੀਜ਼ ਹੋਇਆ ਤਾਂ ਉਹ ਹਰ ਪਾਰਟੀ 'ਚ ਗਾਣਾ ਚੱਲਿਆ ਜੀ ਜੀ.
चलो बहुत सोहना, ये भी बहुत सोहनी थोड़ा जिदा तुम दस ना बहुत पॉपुलर ये भी बहुत रिक्वेस्ट आँदी होनी है। अच्छा हम आप थोड़ी आप अपने जी अपनी थोड़ी जी मेन इवेंट अपनी आ रहे हैं साढ़े अंबर रेडियो की जी टॉप बोर्ड में छो रहा वो बारे आप थोड़ी गल कर लें। हाँ जी मैं स्रोतिया अपने वालों भी अंबर रेडियो वालों भी गुजारिश करूँगा कि यह जो 25 अगस्त को यह जो प्रोग्राम हो रहा है ये टोटली फैमिली शो है जी। तुम बच्चों परिवार को नाल लिया के आनंद ले सकते हो क्योंकि उत्थे चंगी शायरी और चंगा गाना बजाना सुनने मिलेगा। असं कोशिश करेंगे सारे लोग कि वो तो वे स्रोते ने उन्होंने जी उन्होंने मनोरंजन का ख्याल रखा जाए। मैं बेनती करा कि असी सत समुंदर पार तो थोड़े को मुहब्बत लैन आए तो सारू गुजारिश है कि तुम उस इवेंट पहुँचो और इन्होंने सफ कलाकार मुहब्बत दो प्यार। हाँ जी नहीं जरूर असं भी यही कहोंगे अंबर रेडियो तो जिन्हों जिन्हें भी स्रोते सुन रहे इस वेले सावर कोटी जी देखो तुम देखो एड्डी दूर चल के आए हैं जी देखो इदा दे मौके रोज तां नहीं मिलदे हैं जी इहो जिहा नज़ारा मित्रो फिर जिंदगी च कदे 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 मिलदा है चांस एक बार लंघ गया बंदा फिर पछताउंदा है जी वी पंजाबी दी कहावत है ना घड़ी दा खुंझा लखां कोहां ते जा पैंदा बिल्कुल है ना। सो इस करके गुजारिश है सारे भैणां भरावां नूं सारे दोस्तां मित्रां नूं कि तुसीं 25 तरीक नूं उत्थे पहुंचो और आके ना फनकारां नूं देखो ना सिर्फ तुसीं नहीं गए तुसीं तां मेन आर्टिस्ट हैं नाल आपां नूं काफी सपोर्ट आर्टिस्ट इत्थे दे यूके दे सारे कलाकार परफॉर्म कर रहे ने साजी कर रहे हैं जी साजी जज अमृत साहब जी हां जी अपने अमृत साहब सारे इत्थों दे जिहड़े वेल नोन बड़े सिंगर ने जी नवें नवें भी यंग आर्टिस्ट भी आ रहे हैं साडे लवली सिंह बहुत गुड सिंगर है वो भी आ रहे हैं। वाह जी हां जी एक और मुंडा आया लास्ट वीक आया सीगा उन्हें भी डेब्यू पहला सिंगल रिलीज किया है जी 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 ओदा नाम है जेडन उन्हें भी आना है एक शायद लोड मनमीत भी आवे असि ट्राई करते हैं जी 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 एक बार अखीर विच तुसी माड़े हुण दो के वर्ड कहिंदे प्रिय जी कहिंदे एक बार होर अपने मेले बारे जिहड़ा मैं तो ही बेनती कर रहा जी सुन वाले नूं क्योंकि अंबर रेडियो दी इह बड़ी वड्डी एक मैं कहांगा कि इन्हां दा उद्यम है उपराला कीता इन्हां ने कि तुहाडे वास्ते तुहाडे नाल एक फनकार नूं जिहनूं तुसी प्यार करदे हो उहनूं तुहाडे नाल रूबरू कराया जावे और नाल दी नाल मैं प्रोफेसर अमर सिंह जी मेरे वड्डे भाई उन्हां दा वी थैंक्स करदा हनी जी हरप्रीत सिंह हनी उन्हां दा वी शुक्रगुजार हां वो सानू लैके आए ने इंडिया तो जी जी और मैं बार बार इको ही गुजारिश करांगा कि ये फैमिली शो है और सब भैणां भरावां नूं ये गुजारिश है कि वह अपने बच्चों समेत परिवार समेत इस शो दे विच हां जी नाल एक होर मैं दसना चाहना भी जिन्होंने जिहड़ा टॉप बोल रहे ना जी इदां नहीं है भी इत्थे सीटां नहीं मिलने इस काफी जानी इस गुंजाइश है जिन्ने मर्जी लोग आ जाने जिन्हों मैनूं पता लगा उत्थे बहुत चंगे चंगे गवैयां दे शो होए ने उत्थे सरताज जी उत्थे आए सी अपने सतिंदर सरताज होनी उत्थे उन्हां दा नीली 2000 बंदा सीगा उत्थे बहुत जानी उत्थे काफी इदां नहीं अगे यू नो लोग शायद समझदे सानूं सीट नहीं मिलनी जां टेबल उत्थे इदां दी कोई प्रॉब्लम नहीं जरूर हम आके आवो हां जी मैं भी बड़े साल बाद 7 साल बाद दौरे ते आए असी और असी भी चाहते हैं कि स्रोते हुम हुम आके सानू मिलन उन्हां कोलों मुहब्बत मिले जिदा तुसी दसदे आ भई यू नो अपार्ट फ्रॉम जिहड़े तुहाडे जिहड़े पॉपुलर सोंग है तुसी नवें सोंग भी गावोगे जी बिल्कुल पुराने भी गावोगे जो जो फरमाइशां होणगियां सुनण वालियां दियां ओह आपां सुणावांगे जिहड़े उन्हां ने अजे तक नहीं सुने नवीं एल्बम चों भी सुणावांगे ते शेरो शायरी भी बहुत नाल नाल होएगी क्योंकि तां ओह तां साडी जड़ है उस तों बगैर तां कई लोग बहुत लाइक करदे ना इहदा शेरो शायरी बिल्कुल 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 जी हां जी ओके जी अखीर विच फिर तुसी साबर जी सानू ਕਿਹੜੇ ਗੀਤ ਨਾਲ ਹੁਣ ਤੁਸੀਂ ਫਿਨਿਸ਼ ਕਰ ਰਹੇ ਆ ਤੁਸੀਂ ਦੱਸੋ ਕਿਹੜਾ ਸੁਣਨਾ ਹੁਣ ਨਹੀਂ ਮੈਂ ਤੁਹਾਡੇ ਜ਼ਿਹਨ ਚ ਜਿਹੜਾ ਗੀਤ ਹੈ ਹਾਂ ਜੀ ਤੁਸੀਂ ਕੋਈ ਵੀ ਜਿਹੜਾ ਤੁਹਾਡਾ ਫੇਵਰਟ ਗੀਤ ਹੈ ਜਿਹੜਾ ਤੁਸੀਂ ਲਾਈਕ ਕਰਦੇ ਹਾਂ ਹਾਂ ਜੀ ਆ ਮੇਰਾ ਪਲਾ ਜੋਦਾ ਸੋਨੇ ਦੇ ਵੇ ਕੰਗਣਾ ਹਾਂ ਜੀ ਉਹ ਉਸ ਨੂੰ ਇਹ ਇਸ ਐਲਬਮ ਨੂੰ ਬੜੀ ਮੁਹੱਬਤ ਐਲਬਮ ਹਾਂ ਜੀ ਉਹ ਵੈਰੀ ਨਾਈਸ ਆ ਉਹ ਸੁਣਾ ਦਿੰਨੇ ਅਖੀਰ ਚ ਜਰੂਰ ਜੀ सोने दे आवे दे आवे कंगना जी सोने दे
ਵੇ ਕੰਗਣਾ ਸੱਜਣਾ ਨੇ ਬੂਹਾ ਢੋਲਿਆ ਹੁਣ ਗਲੀ ਵਿੱਚੋਂ ਹੁਣ ਗਲੀ ਵਿੱਚੋਂ ਕੀ ਲੰਘਣਾ ਏ ਹੁਣ ਗਲੀ ਵਿੱਚੋਂ ਕੀ ਲੰਘਣਾ ਪਰਦੇਸੀ ਨਾਲ ਨਾ ਅੱਖੀਆਂ ਲਾਈ ਭਾਵੇਂ ਲੱਖ ਸੋਨੇ ਦਾ ਹੋਵੇ ਪਰ ਇੱਕ ਗੱਲੋਂ ਪਰਦੇਸੀ ਚੰਗਾ ਤੇ ਨਾਲੇ ਯਾਦ ਕਰੇ ਨਾਲੇ ਰੋਵੇ ਪਤਣਾ ਉੱਤੇ ਖੜੀ ਉਡੀਕਾਂ ਲੰਘੇ ਪੂਰਨਾ ਪਰਤੇ ਹਾਏ ਪਤਣਾ ਉੱਤੇ ਖੜੀ ਉਡੀਕਾਂ ਲੰਘੇ ਪੂਰਨਾ ਪਰਤੇ ਹੰਝੂਆਂ ਦੇ ਵਿੱਚ ਖੁਰਦੀ ਜਾਵਾਂ ਐਸੇ ਪਾਣੇ ਵਰਤੇ ਚੰਨ ਬੱਦਲਾਂ ਨੇ ਚੰਨ ਬੱਦਲਾਂ ਨੇ ਘੇਰ ਲਿਆ ਹੈ ਚੰਨ ਬੱਦਲਾਂ ਨੇ ਘੇਰ ਲਿਆ ਸਾਡੇ ਪਾਦਾਂ ਰੱਬ ਰੁੱਸਿਆ ਜੀ ਮੁੱਖ ਸੱਜਣਾ ਨੇ ਮੁੱਖ ਸੱਜਣਾ ਨੇ ਫੇਰ ਲਿਆ ਹੈ ਮੁੱਖ ਸੱਜਣਾ ਨੇ ਫੇਰ ਲਿਆ ਹੈ ਮੁੱਖ ਸੱਜਣਾ ਨੇ ਫੇਰ ਲਿਆ ਹੈ ਮੁੱਖ ਸੱਜਣਾ ਨੇ ਫੇਰ ਲਿਆ ਗਏ ਮੁੱਖ ਸੱਜਣਾ ਨੇ ਫੇਰ ਲਿਆ ਬਹੁਤ ਹੀ ਵਧੀਆ ਜੀ ਵੈਰੀ ਨਾਈਸ ਸਾਬਰ ਜੀ ਬਹੁਤ ਬਹੁਤ ਥੈਂਕ ਯੂ ਤੁਹਾਡਾ ਸਟੂਡੀਓ ਚ ਆਉਣ ਦਾ ਜੀ ਬਹੁਤ ਮਿਹਰਬਾਨੀ ਮੈਂ ਅੰਬਰ ਰੇਡੀਓ ਦਾ ਔਰ ਆਪ ਜੀ ਦਾ ਸਾਰੇ ਸੁਣਨ ਵਾਲਿਆਂ ਦਾ ਸ਼ੁਕਰਗੁਜ਼ਾਰ ਹਾਂ ਤੁਸੀਂ ਰਾਬਤਾ ਕਰਾਇਆ ਸਾਡੇ ਪਿਆਰ ਕਰਨ ਵਾਲਿਆਂ ਨਾਲ ਸੋ ਇਹਨਾਂ ਲਫਜ਼ਾਂ ਨਾਲ ਸਭ ਨੂੰ ਰੱਬ ਰੱਖਾ ਹਾਂਜੀ ਤਾਂ ਤੁਹਾਨੂੰ 25 ਤਰੀਕ ਨੂੰ ਜ਼ਰੂਰ ਉੱਥੇ ਟਾਵਰ ਬੋਰਡ 'ਚ ਮਿਲਾਂਗੇ ਤਾਂ ਨਾਲੇ ਜਿੰਨੇ ਸਾਡੇ ਸਰੋਤੇ ਸੁਣ ਰਹੇ ਜ਼ਰੂਰ ਜਿਹਨੂੰ ਜ਼ਰੂਰ ਆਊਗੇ ਮੈਂ ਜਿਹਨੂੰ ਸ਼ੋਰ ਹਾਂ ਵੀ ਕਿਉਂਕਿ ਤੁਹਾਡੇ ਇੱਥੇ ਜਿਹਨੂੰ ਕਾਫੀ ਤੁਹਾਡਾ ਫੈਨ ਬੇਸ ਕਾਫੀ ਆ ਜਿਹਨੂੰ ਰੀਅਲੀ ਇੰਜੋਏ ਲਿਸਨਿੰਗ ਟੂ ਯੂ ਤਾਂ ਓਕੇ ਜੀ ਸਾਬਰ ਜੀ ਹੁਣ ਆਪਾਂ ਸਮਾਪਤ ਕਰ ਰਹੇ ਹਾਂ ਰਾਈਟ ਦੋਸਤੋ ਥੈਂਕ ਯੂ ਵੈਰੀ ਮੱਚ ਦਿਸ ਇਜ਼ ਐਂਡ ਆਫ ਦ ਡਰਾਈਵ ਟਾਈਮ ਸ਼ੋ ਯੂ ਬੀਨ ਲਿਸਨਿੰਗ ਟੂ ਮਿਸਟਰ ਸਾਬਰ ਕੋਟੀ ਐਂਡ Thank you for tuning in to The Drive Time. Till you join us next time, have a nice evening. Take care. Bye for now. Ambur Radio, bade maan naal pesh karde ne. Annual event. ਪੰਜਾਬ ਦੀ ਉਹ ਸੁਰੀਲੀ ਆਵਾਜ਼ ਪੰਜਾਬ ਦਾ ਉਹ ਸੁਰੀਲਾ ਗਾਇਕ ਲਾਈਵ ਇਨ ਕਨਸਰਟ ਵਰਲਡ ਕਲਾਸੀਕਲ ਸੂਫੀ ਸਿੰਗਰ ਸਾਬਰ ਕੋਟੀ ਇੱਕ ਸ਼ਾਮ ਮਨੋਰੰਜਨ ਦੇ ਨਾਮ ਐਨ ਈਵਨਿੰਗ ਫੁੱਲ ਆਫ ਐਂਟਰਟੇਨਮੈਂਟ ਵਿਦ ਅਦਰ ਲੋਕਲ ਆਰਟਿਸਟ ਦੇਵ ਢਿੱਲੋਂ ਜਿਨ ਐਂਡ ਸ਼ੀਤਲ ਸਾਜ਼ੀ ਜੱਜ ਪ੍ਰੇਮੀ ਜੋਹਲ ਟੋਲ ਰੈਜੀਮੈਂਟ ਅਤੇ ਹੋਰ ਵੀ ਬਹੁਤ ਕੁਛ ਅੰਬਰ ਰੇਡੀਓ ਪੇਸ਼ ਕਰਦੇ ਨੇ ਫੈਮਿਲੀ ਇਵੈਂਟ ਪੱਚੀ ਅਗਸਤ 2012 ਨੂੰ ਵੈਨਿਊ ਟਾਵਰ ਬਾਲਰੂਮ ਰੈਜ਼ਵਾ ਰੋਡ ਬਰਮਿੰਗਮ ਟਿਕਟਾਂ ਅਤੇ ਹੋਰ ਜਾਣਕਾਰੀ ਦੇ ਲਈ ਫੋਨ ਕਰੋ ਅੰਬਰ ਰੇਡੀਓ ਤੇ 01922621016 ਅਤੇ 01922722815 ਤੇ ਅੰਬਰ ਰੇਡੀਓ
Ambur Radio proudly presents the musical event live in concert. Gall tariyan na kar dega ho, 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 gall tariyan na kar dega. Keda keda dukh dasiye nit ji ji mar. छोटी इश्क दिखा बैठे हो, 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 छोटी इश्क दिखा बैठे सोली जगी चिपा बैठे पट्टी दुखा दी चिपा बैठे पट्टी दुखा दी चिपा बैठे ओ असी लगियां पगांदे रे ओ असी लगियां पगांदे रे दिल दिन जोड़ गए वो रत 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 दिल दिन जोड़ गए
जिंदगी च कोल बनी फिरे अनपोल जहर जिंदगी च कोल बनी फिरे अनपोल हंजुआ दे वांगू हंजुआ दे वांगू सानू नेरा तो बगा गई सोहा खांदी खांदी मार दिल वाला खा गई खांदी खांदी मास दिल वाला खा गई नजरां विछाइयां राही पुटे ओने टोए हाए पुटे ओने टोए पछाण दे नी सानू असी जिना ली मुए जिना ली मुए करना की याद करना की याद सानू दिल चों भुला सोहा खांदी खांदी मास दिल वाला खा गई सोहा खांदी खांदी मास दिल वाला खा गई FM Amber Radio bringing communities together 103.6 FM Amber Radio bringing communities together Ye Azan Aman Solicitors Advocates First Stop Claims Management Solace Charity Style Window Smethwick Birmingham SH Furnishing Tropical Foods GBM Motors Pretty Eyes Clinic Lahore Kadai Park Supermarket Cape Hill Wolverhampton Muslim Firm MNT Superstore Cash and Carry Plek Ketavan se pesh ki ja rahi hai tamam Amber Radio ke sunne walon se guzarish hai inki tarakki aur barkat ke liye dua kare Allahu Akbar